Thank you.
ਸੰਗਤ ਕਰੋ ਨੇਤਰ ਬੰਦ, ਰੀੜ੍ਹ ਦੀ ਹੱਡੀ ਕਰ ਲਓ ਸਿੱਧੀ, ਲਾ ਲਓ ਚੌਂਕੜੇ, ਜੋ ਬੋਲ ਰਹੇ ਹੋ ਉਹਨੂੰ ਸੁਣੋ ਸੁਣੋ। ਵਾਹਿਗੁਰੂ ਸ਼ਬਦ ਸੁਰਤ ਰਾਹੀਂ ਸੁਣੋ। ਵਾਹ ਵਾਹ ਧਿਆਨ ਬਾਰ ਨਾ ਜਾਏ। ਵਾਹਿਗੁਰੂ ਜੀ ਦਾ ਨਾਮ ਇੰਨਾ ਪਿਆਰਾ ਲੱਗੇ, ਦੁਨੀਆ ਦੇ ਸਾਰੇ ਖਿਆਲ ਭੁੱਲ ਜਾਣ, ਸਾਰੇ ਪਾਸੇ ਤੋਂ ਫੁਰਨੇ ਸੰਕੋਚ ਲੋ, ਇੱਕ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲਾ ਦਿਓ। ਨੇਤਰ ਬੰਦ, ਨੇਤਰ ਨਹੀਂ ਖੋਲਣੇ, ਉਤਰ ਜਾਓ ਵਾਹਿਗੁਰੂ ਜੀ ਦੇ ਵਿੱਚ, ਵਾਹੋ ਦੇ ਵਿੱਚ, ਵਾਹੋ ਦੇ ਵਿੱਚ। ਕੇਵਲ ਤੁਸੀਂ ਤੇ ਤੁਹਾਡੇ ਵਾਹਿਗੁਰੂ ਹੋਣ, ਦੂਜਾ ਕੋਈ ਫੁਰਨਾ ਨਹੀਂ, ਕੋਈ ਧਿਆਨ ਨਹੀਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰ ਜੀਤ। ਸਦਕੇ ਸਦਕੇ
ਸੋਕੀ ਜਤਨ ਮਨੋ ਦੀ ਜੈ, ਸ਼ੋਕ ਹੈ ਸੋਕੀ ਜਤਨ ਮਨੋ ਦੀ ਜੈ, ਐਸਾ ਪਰਮਲ ਲਾਈਐ, ਐਸਾ ਪਰਮਲ ਲਾਈਐ, ਏਵ ਕਹੈ ਸੁਹਾਗਣੀ ਭੈਣੇ, ਏਵ ਕਹੈ ਬਾਤੀ ਸ਼ੋ ਪਾਈਐ, ਇੰਨੀ ਬਾਤੀ ਸ਼ੋ ਪਾਈਐ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਵਾਹਿ ਕਿੰਨੀ ਬਾਤੀ ਸ਼ੋ ਪਾਈਐ, ਵਾਹਿ ਕਿੰਨੀ ਬਾਤੀ ਸ਼ੋ ਪਾਈਐ, ਵਾਹਿ ਕਿੰਨੀ ਬਾਤੀ ਸ਼ੋ, ਵਾਹਿ ਕਿੰਨੀ ਬਾਤੀ ਸ਼ੋ ਪਾਈਐ, 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 ਜਾਏ ਪੁੱਛੋ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ, ਇਹ ਬੜਾ ਪਿਆਰਾ ਸਵਾਲ ਹੈ ਇੱਕ। ਇਹ ਸ਼ਬਦ ਪ੍ਰਭੂ ਪਤੀ ਨੂੰ ਮੈਂ ਕਿਵੇਂ ਰਜਾਵਾਂ, ਮੈਂ ਕਿਵੇਂ ਉਹਨੂੰ ਪਾਵਾਂ, ਕਿਵੇਂ ਮੈਂ ਆਪਣੇ ਕੰਤ ਨੂੰ ਪਿਆਰੀ ਲੱਗਾਂ, ਆਪਣੇ ਖਸਮ ਨੂੰ ਪਿਆਰੀ ਲੱਗਾਂ। ਰੱਬ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਗਿਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਮਹਾਰਾਜ ਨੇ ਗ੍ਰਸਤ ਦੇ ਰਾਹੀਂ, ਗ੍ਰਸਤ ਦੇ ਤਰੀਕੇ ਦੇ ਰਾਹੀਂ, ਗ੍ਰਸਤ ਦੇ ਅਸੂਲਾਂ ਦੇ ਰਾਹੀਂ ਸਾਨੂੰ ਪ੍ਰਭੂ ਪਤੀ ਨੂੰ ਮਿਲਣ ਦੀ ਜਾਚ ਦੱਸੀ ਹੈ। ਇਹ ਸੱਚਾਈ ਹੈ। ਭਾਈ ਜਸਬੀਰ ਸਿੰਘ ਖਾਲਸਾ ਜੀ ਦੇ ਬੋਲ ਮੈਨੂੰ ਯਾਦ ਆਉਂਦੇ, ਉਹ ਕਈ ਵਾਰੀ ਬਚਤ ਕਰਿਆ ਕਰਦੇ ਸਨ, ਕਹਿੰਦੇ ਇਹ ਰਿਹਰਸਲ ਹੈ ਗ੍ਰਸਤ ਅਸਲ ਨੂੰ ਪਾਉਣ ਵਾਸਤੇ। ਆਖੋ ਬੜੇ ਧਿਆਨ ਨਾਲ ਸੁਣਿਓ, ਗ੍ਰਸਤ ਰਿਹਰਸਲ ਹੈ ਅਸਲ ਨੂੰ ਪਾਉਣ ਵਾਸਤੇ। ਪ੍ਰਭੂ ਪਤੀ ਨੂੰ ਪਾਉਣ ਦਾ ਉਹੀ ਤਰੀਕਾ ਹੈ ਹੂ ਬਹੂ ਜਿਹੜਾ ਇੱਥੇ ਪਤੀ ਨੂੰ ਪਾਉਣ ਦਾ ਹੈ, ਇੱਥੇ ਗ੍ਰਸਤ ਨੂੰ ਸੰਭਾਲਣ ਦਾ। ਇੱਥੇ ਵੀ ਮਾਲਕ ਨੇ ਇਹ ਤੈਨੂੰ ਗੁਣ ਦਿੱਤਾ,
ਜਿਸ ਬੀਬੀ ਦੇ ਕੋਲ ਨਿਮਾਣਪਨ ਨਹੀਂ, ਜਿਸ ਬੀਬੀ ਦੇ ਕੋਲ ਗਰੀਬੀ ਨਹੀਂ, ਜਿਸ ਗ੍ਰਸਤ ਦੇ ਵਿੱਚ ਕੂਣ ਤਾਈਆਂ ਨੇ, ਉਹ ਨਹੀਂ ਉਹ ਤੂੰ ਪ੍ਰਾਪਤੀ ਕਰ ਸਕੇਗਾ। ਨਹੀਂ, ਉਹਨੂੰ ਪ੍ਰਾਪਤ ਕਰਨ ਵਾਸਤੇ ਕਿਹੜੇ ਕਿਹੜੇ ਗੁਣ ਚਾਹੀਦੇ ਨੇ ਆ ਸੁਣੋ। ਉਹੀ ਗੁਣ ਦੀ ਰਿਹਰਸਲ ਤੈਨੂੰ ਗ੍ਰਸਤ ਦੇ ਵਿੱਚ ਰਹਿ ਕੇ ਕਰਨੀ ਪਏਗੀ। ਆਖੋ ਸਤਨਾਮ। ਜਿਹੜੇ ਜਿਹੜੇ ਗੁਣ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਚਾਹੀਦੇ ਨੇ, ਉਹੀ ਗੁਣ ਤੈਨੂੰ ਗ੍ਰਸਤ ਵਿੱਚ ਬਹਿ ਕੇ ਰਿਹਰਸਲ ਤੈਨੂੰ ਕਰਨੀ ਪਏਗੀ। ਜਿਹਦੀ ਰਿਹਰਸਲ ਫੇਲ ਉਹਦੀ ਅਸਲ ਫੇਲ, ਉਹ ਜਿਹਦੀ ਰਿਹਰਸਲ ਪਾਸ ਹੋ ਗਈ ਉਹ ਅਸਲ ਦੇ ਵਿੱਚ ਵੀ ਪਾਸ ਹੋ ਜਾਏਗਾ, ਅਸਲ ਨੂੰ ਵੀ ਮਿਲ ਜਾਏਗਾ ਇਹ ਸੱਚਾਈ। ਤੇ ਸਾਹਿਬ ਕਹਿੰਦੇ ਨੇ ਆ ਸੁਣੋ, ਪਹਿਲੀ ਪੰਕਤੀ ਸਵਾਲ ਹੈ, ਜਾਏ ਪੁੱਛੋ ਸੁਹਾਗਣੀ ਵਾਹੇ ਕਿਹਦੀ ਬਾਤੀ ਸ਼ੌਂ ਪਾਈ। ਮੈਨੂੰ ਦੱਸੋ ਤਾਂ ਸਹੀ, ਤੁਸੀਂ ਕਿਹੜੇ ਤਰੀਕੇ ਦੇ ਨਾਲ ਸ਼ੌਂ ਨੂੰ ਪ੍ਰਾਪਤ ਕੀਤਾ, ਤੁਸੀਂ ਕਿਹੜੇ ਤਰੀਕੇ ਦੇ ਨਾਲ ਸ਼ੌਂ ਨੂੰ ਰਿਜਾ ਲਿਆ। ਤੇ ਹੁਣ ਅੱਗੇ ਚਾਰ ਪੰਕਤੀਆਂ ਨੇ, ਚਾਰੋ ਪੰਕਤੀਆਂ 'ਚ ਜਵਾਬ ਦਿੱਤਾ, ਕਿੱਡਾ ਖੂਬਸੂਰਤ ਜਵਾਬ ਦਿੱਤਾ। ਉਹੀ ਜਵਾਬ ਜਿਹੜਾ ਤੁਸੀਂ ਪਤੀ ਦਰਗਾਹੀ ਪਤੀ ਨੂੰ ਪਾਉਣ ਵਾਸਤੇ ਨਾ, ਉਹੀ ਤਰੀਕਾ ਸਾਧ ਸੰਗਤ, ਉਹੀ ਜਵਾਬ ਇਸ ਗ੍ਰਸਤੀ ਨੂੰ ਸਵਾਰਨ ਵਾਸਤੇ ਤੁਹਾਨੂੰ ਚਾਹੀਦਾ ਹੋਏਗਾ। ਹੁਣ ਗਾਂ ਅੱਗੇ ਪ੍ਰਵਾਨ ਸਾਰੇ ਆਣਗੇ, ਤੁਸੀਂ ਸੁਣੀ ਜਾਓ ਕਿਵੇਂ ਕਹਿੰਦੇ ਸਾਹਿਬ। ਜਾਏ ਪੁੱਛੋ ਜਾਏ ਪੁੱਛੋ ਸੁਹਾਗਣੀ, ਜਾਏ ਜਾਏ ਪੁੱਛੋ ਜਾਏ ਪੁੱਛੋ ਸੁਹਾਗਣੀ, ਜਾਏ ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਜੋ ਕਿਛ ਕਰੇ ਸੋ ਪੱਲਾ ਕਰ ਮਾਨੀਏ, ਜੋ ਕਿਛ ਕਰੇ ਸੋ ਪੱਲਾ ਕਰ ਮਾਨੀਏ, ਇੱਕ ਮਤ ਹੁਕਮ ਚੁਕਾਈਏ, ਇੱਕ ਮਤ ਹੁਕਮ ਚੁਕਾਈਏ। ਸਵਾਲ ਸੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ੋ ਪਾਈ, ਤੇ ਜਵਾਬ ਕੀ ਹੈ? ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਇਹ ਪ੍ਰਭੂ ਪਤੀ ਨੂੰ ਪਾਉਣ ਦੇ ਤਰੀਕੇ ਦੱਸ ਰਹੇ, ਔਰ ਇਹ ਤਰੀਕੇ ਤਾਂ ਤੂੰ ਅਪਣਾ ਸਕੇਗਾ ਜੇ ਗ੍ਰਸਤ ਦੇ ਵਿੱਚ ਇਹਦੀ ਰਿਹਰਸਲ ਕੀਤੀ ਹੋਏਗੀ। ਆਖੋ ਸਤਨਾਮ। ਧਿਆਨ ਦੇਣਾ, ਗ੍ਰਸਤ 'ਚ ਰਿਹਰਸਲ ਕੀਤੀ ਹੋਏਗੀ। ਦਾਸ ਨੇ ਅੱਗੇ ਵੀ ਅਰਜ਼ ਕੀਤੀ ਸੀ, ਸਾਹਿਬ ਕਹਿੰਦੇ ਨੇ ਇਸ ਜੱਗ ਦੇ 'ਚ ਸਾਰੀਆਂ ਨਾਰਾਂ ਨੇ, ਪੁਰਖ ਇੱਕੋ ਹੀ ਹੈ। ਇਸ ਲਈ ਧਿਆਨ ਦੇਣਾ, ਇਸ ਗ੍ਰਸਤ ਦੇ ਵਿੱਚ ਜਿੱਥੇ ਬੀਬੀਆਂ ਨੂੰ ਲੋੜ ਹੈ ਨਾ ਇਹਨਾਂ ਗੁਣਾਂ ਦੀ ਰਿਹਰਸਲ ਵਾਸਤੇ, ਓਏ ਆਦਮੀਆਂ ਨੂੰ ਵੀ ਓਨੀ ਲੋੜ ਹੈ ਇਹਨਾਂ ਗੁਣਾਂ ਦੀ ਰਿਹਰਸਲ ਵਾਸਤੇ। ਆਖੋ ਸਤਨਾਮ। ਹਰ ਰਿਸ਼ਤੇ ਨੂੰ, ਭਾਵੇਂ ਮਾਂ ਦਾ ਰਿਸ਼ਤਾ, ਭਾਵੇਂ ਪਿਓ ਦਾ ਰਿਸ਼ਤਾ, ਭਾਵੇਂ ਸੱਸ ਦਾ, ਭਾਵੇਂ ਸਹੁਰੇ ਦਾ, ਭਾਵੇਂ ਨੂੰਹ ਦਾ, ਭਾਵੇਂ ਧੀ ਦਾ, ਭਾਵੇਂ ਜਵਾਈ ਦਾ, ਭਾਵੇਂ ਪੁੱਤਰ ਦਾ,
ਹਰ ਰਿਸ਼ਤੇ ਨੂੰ ਇਹ ਗੁਣ ਦੀ ਰਿਹਰਸਲ ਕਰਨੀ ਪਏਗੀ। ਜੇ ਪ੍ਰਭੂ ਪਤੀ ਨੂੰ ਪਾਣਾ ਹੀ ਪਹਿਲੇ ਇਸ ਗ੍ਰਸਤੀ ਨੂੰ ਤੈਨੂੰ ਸਫਲਾ ਬਣਾਉਣਾ ਪਏਗਾ। ਮੈਂ ਇੱਕ ਗੱਲ ਕਲੀਅਰ ਕਹਿ ਦਿਆਂ, ਜਿਹਦੀ ਆਹ ਗ੍ਰਸਤੀ ਫੇਲ ਹੈ ਉਹਨੇ ਪ੍ਰਭੂ ਨੂੰ ਕੀ ਪਾਣਾ। ਉਹ ਜਿਹੜਾ ਇੱਥੇ ਨਹੀਂ ਝੁੱਕ ਸਕਿਆ ਉਹ ਪ੍ਰਭੂ ਅੱਗੇ ਕੀ ਝੁਕੇਗਾ। ਜਿਹੜਾ ਇੱਥੇ ਮਿੱਠਾ ਬੋਲਣਾ ਨਹੀਂ ਸਿੱਖ ਸਕਿਆ ਇਸ ਗ੍ਰਸਤੀ ਦੇ ਵਿੱਚ, ਪ੍ਰਭੂ ਅੱਗੇ ਮਿੱਠਾ ਬੋਲੇਗਾ ਮਿੱਠਾ ਨਹੀਂ ਬੋਲ ਸਕਦਾ। ਜਿਹੜਾ ਇੱਥੇ ਸੰਤੋਖੀ ਨਹੀਂ ਹੈ ਇਸ ਗ੍ਰਸਤੀ ਦੇ ਵਿੱਚ, ਉਹ ਗੁਰੂ ਅੱਗੇ ਸੰਤੋਖੀ ਕੀ ਰਹੇਗਾ, ਨਹੀਂ ਰਹਿ ਸਕਦਾ ਸੰਤੋਖੀ। ਸਾਹਿਬ ਕਹਿੰਦੇ ਨੇ ਆ ਗੁਣ ਸਿੱਖ, ਗੁਣ ਕਿਹੜੇ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਜਿਹੜੀਆਂ ਤੇਰੀਆਂ ਚਲਾਕੀਆਂ ਨੇ, ਜਿਹੜੀਆਂ ਤੇਰੀਆਂ ਸਿਆਣਪਾਂ ਤੂੰ ਅੱਗੇ ਰੱਖਦਾ ਹੈ, ਕਹਿੰਦੇ ਨਹੀਂ ਬਾਈ ਜੇ ਉਹਨੂੰ ਪਾਣਾ ਫਿਰ ਸਰੈਂਡਰ, ਫਿਰ ਸਰੈਂਡਰ, ਫਿਰ ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ, ਨਹੀਂ ਆਣੀ। ਇਹ ਗੁਣ ਡਿਸਕਸ ਹੋ ਰਹੇ ਨੇ ਪ੍ਰਭੂ ਨੂੰ ਪਾਉਣ ਵਾਸਤੇ, ਪਰ ਇਹਦੀ ਰਿਹਰਸਲ ਗ੍ਰਸਤੀ 'ਚ ਹੋਏਗੀ ਜੇ। ਹੁਣ ਸਾਹਿਬ ਅਗਲੀ ਪੰਗਤੀ ਕੀ ਕਹਿੰਦੇ ਨੇ, ਜਾਂ ਕੈ ਪ੍ਰੇਮ ਪਦਾਰਥ ਪਾਈਐ, ਜਾਂ ਕੈ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਤੋ ਚਰਣੀ ਚਿਤ ਲਾਈਐ। ਕਹਿੰਦੇ ਜਾਂ ਕੈ ਪ੍ਰੇਮ ਪਦਾਰਥ ਪਾਈਐ, ਜਿਹਦੇ ਨਾਲ ਪ੍ਰੇਮ ਕੀਤੀਆਂ ਐਡੇ ਪਦਾਰਥ ਮਿਲਦੇ ਪਏ, ਇੰਨੇ ਪਦਾਰਥ ਤੈਨੂੰ ਮਿਲ ਰਹੇ, ਕਹਿੰਦੇ ਫਿਰ ਤੂੰ ਉਹਦਾ ਆਪਣਾ ਨਹੀਂ ਬਣਿਆ, ਫਿਰ ਮਨ ਦੇ ਵਿੱਚ ਫਿੱਕ ਪਾ ਕੇ ਰੱਖੀ ਹੋਈ ਹੈ। ਜਿਹਦੇ ਕਰਕੇ ਇੰਨਾ ਕੁਝ ਮਿਲ ਰਿਹਾ, ਕਹਿੰਦੇ ਉਹਦੇ ਤਾਂ ਚਰਨਾਂ ਨਾਲ ਜੁੜ ਜਾ, ਤੋ ਚਰਨੀ ਚਿੱਤ ਲਾਈਐ। ਫਿਰ ਅੱਗੇ ਸ਼ੌਕ ਹੈ ਸੋ ਕੀ ਜਤਨ ਮਨ ਦੀਜੈ, ਸ਼ੌਕ ਹੈ ਸੋ ਕੀ ਜਤਨ ਮਨ ਦੀਜੈ, ਐਸਾ ਪਰਮਲ ਲਾਈਐ, ਐਸਾ ਪਰਮਲ ਲਾਈਐ। ਕਹਿੰਦੇ ਸ਼ੌਕ ਹੈ ਸੋ ਕੀਜੈ, ਹੁਣ ਵੇਖ ਲੈ ਸ਼ੌਕ ਹੈ ਸੋ ਕੀਜੈ। ਹੁਣ ਇੱਥੇ ਪ੍ਰਭੂ ਪਤੀ ਦੀ ਗੱਲ ਹੋ ਰਹੀ, ਪਰ ਸਿੱਖੇਂਗੇ ਕਿੱਥੋਂ, ਇਹ ਗੁਣ ਕਿੱਥੋਂ ਸਿੱਖੇਂਗੀ, ਜੇ ਇਸ ਪਤੀ ਨੂੰ ਨਹੀਂ ਰਜਾ ਸਕੀ, ਜੇ ਇਸ ਗ੍ਰਸਤੀ 'ਚ ਫੇਲ ਹੋ ਗਈ ਤਾਂ ਤੂੰ ਕੀ ਸੋਚਦੀ, ਪ੍ਰਭੂ ਪਤੀ ਨੂੰ ਰਜਾ ਲੇਗੀ। ਜੇ ਇਹ ਗੱਲ ਆਦਮੀਆਂ ਵਾਸਤੇ ਵੀ ਚੱਲਦੀ ਪਈ ਹੈ, ਜੇ ਆਦਮੀਆਂ ਨੇ ਜੇ ਜਨਾਨੀਆਂ ਨੂੰ ਨਹੀਂ ਰਜਾਇਆ, ਜੇ ਉਹਨਾਂ ਦੀ ਖੁਸ਼ੀ ਦਾ ਧਿਆਨ ਨਹੀਂ, ਉਹਨਾਂ ਦੇ ਮਾਨ ਸਨਮਾਨ ਦਾ ਧਿਆਨ ਨਹੀਂ, ਆਪਣੀ ਆਕੜ ਦੇ ਵਿੱਚ ਹੀ ਉਹ ਆਦਮੀ ਫਿਰਦਾ ਰਿਹਾ ਹੈ ਜੀ, ਆਪਣੀ ਆਕੜ ਦੇ ਵਿੱਚ, ਤੇ ਤੂੰ ਕੀ ਸੋਚਦਾ। ਇਸ ਔਗੁਣ ਦੇ ਨਾਲ ਤੂੰ ਪ੍ਰਭੂ ਨੂੰ ਰਜਾ ਲੇਗਾ? ਔਰ ਨਹੀਂ ਓਏ, ਤੂੰ ਇੱਕ ਘਰ ਵਾਲੀ ਨੂੰ ਤਾਂ ਮਾਨ ਸਨਮਾਨ ਦੇ ਨਹੀਂ ਸਕਿਆ, ਇੱਕ ਘਰ ਵਾਲੀ ਦੀ ਖੁਸ਼ੀ ਦਾ ਤਾਂ ਤੂੰ ਧਿਆਨ ਰੱਖ ਨਹੀਂ ਸਕਿਆ, ਉਹਦੇ ਅੱਗੇ ਤਾਂ ਤੂੰ ਸਮਰਪਿਤ ਨਹੀਂ ਹੋ ਸਕਿਆ। ਪ੍ਰੇਮ ਦੇ ਨਾਲ ਤੂੰ ਰੱਬ ਅੱਗੇ ਸਮਰਪਿਤ ਹੋ ਜਾਏਗਾ, ਭੁੱਲ ਜਾ, ਭੁੱਲ ਜਾ। ਆ ਸਾਹਿਬ ਨੇ ਦੇਖੋ ਗ੍ਰਸਤ ਵਿੱਚੋਂ ਹੀ ਸਾਨੂੰ ਮਾਰਗ ਦਿੱਤਾ, ਗ੍ਰਸਤ ਵਿੱਚੋਂ। ਤੇ ਅਗਲੀ ਪੰਕਤੀ 'ਚ ਕੀ ਕਹਿੰਦੇ, ਏਵ ਕਹੈ ਸੁਹਾਗਣੀ ਭੈਣੇ, ਏਵ ਕਹੈ ਸੁਹਾਗਣੀ ਭੈਣੇ, ਇੰਨੀ ਬਾਤੀ ਸੌ ਪਾਈਐ, ਹਾਂਜੀ ਇੰਨੀ ਬਾਤੀ ਸੌ ਪਾਈ।
ਕਹਿੰਦੇ ਏਵ ਕਹਿ ਸੁਹਾਗਣੀ ਭੈਣੇ। ਆ ਸੁਣ ਸੁਣ, ਤੈਨੂੰ ਸ਼ੋ ਨੂੰ ਮਿਲਣਾ ਸੀ ਨਾ ਸਾਹਿਬ, ਕਹਿੰਦੇ ਇੰਨੀ ਬਾਤੀ ਸ਼ੋ ਭਾਈ। ਹੁਣ ਜਾਏ ਪੁੱਛੋ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਜਾਏ ਜਾਏ ਪੁੱਛੋ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਉਹ ਜਾਏ ਵਾਹ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹ ਕਿੰਨੀ ਬਾਤੀ ਸ਼ੋ ਪਾਈ। ਜਾਏ ਬੁਝੋ, ਜਾਏ ਬੁਝੋ, ਜਾਏ ਪੁੱਛੋ ਸੁਹਾਗਣੀ, ਸੁਹਾਗਣ ਕਹਿ ਕਬੀਰ, ਸੋਈ 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 ਸੁਹਾਗਣ ਕਹਿ ਕਬੀਰ, ਤਨ ਮਨ ਤਨ ਗ੍ਰਹਿ ਸੋਪ ਸ਼ਰੀਰ, ਤਨ ਮਨ ਤਨ ਗ੍ਰਹਿ ਸੋਪ ਸ਼ਰੀਰ, ਤਨ ਮਨ ਤਨ ਗ੍ਰਹਿ ਸੋਪ ਸ਼ਰੀਰ, ਤਨ ਮਨ ਤਨ ਗ੍ਰਹਿ ਸੋਪ ਸ਼ਰੀਰ। ਇਸ ਤੋਂ ਖੁੱਲਾ ਫੈਸਲਾ ਹੋਏਗਾ ਜੀ, ਖੁੱਲਾ ਫੈਸਲਾ। ਸਾਧ ਸੰਗਤ ਜੀ, ਬਾਬਾ ਕਬੀਰ ਜੀ ਨੇ ਸੁਹਾਗਣ ਦੀ ਹੁਣ ਗੱਲ ਕਰਦੀ, ਕਹਿੰਦੇ ਸੁਹਾਗਣ ਕੌਣ ਹੈ, ਕੌਣ ਹੈ ਸੁਹਾਗਣ? ਕਹਿੰਦੇ ਤਨ ਮਨ ਤਨ ਗ੍ਰਹਿ ਸੋਂਭ ਸਰੀਰ, ਪੱਲੇ ਕੀ ਰਹਿ ਗਿਆ ਦੱਸੋ ਜੀ, ਪੱਲੇ ਕੀ ਰਹਿ ਗਿਆ? ਤਨ ਸੌਂਪਦਾ, ਮਨ ਸੌਂਪਦਾ, ਧਨ ਸੌਂਪਦਾ, ਗ੍ਰਹਿ ਘਰ ਉਹ ਸੌਂਪਦਾ ਹੈ ਜੀ, ਤੇ ਲਾਸਟ 'ਚ ਕਹਿੰਦੇ ਫਿਰ ਸਰੀਰ ਆਖੋ ਸਤਨਾਮ। ਇਹ ਖਾਲੀ ਬੀਬੀਆਂ ਵਾਸਤੇ ਨਹੀਂ ਚੱਲ ਰਿਹਾ, ਗੁਰਮੁਖ ਪਿਆਰੇ ਅਵਦਾਂ ਹੋ ਕੇ ਬਹਿ ਜਾਣ, ਲੈ ਬਈ ਇਹ ਤੁਹਾਡਾ ਹੀ ਕੰਮ ਹੈ ਨਾ। ਤਨ ਮਨ ਧਨ ਗ੍ਰਹਿ ਸਰੀਰ ਇਹ ਪੁਰਖਾਂ ਵਾਸਤੇ ਵੀ ਚੱਲ ਰਿਹਾ, ਗੱਲ ਤਾਂ ਇਹ ਹੋ ਰਹੀ ਹੈ ਕਿ ਜਿਹੜਾ ਇਸ ਗ੍ਰਸਤੀ 'ਚ ਫੇਲ ਹੋ ਗਿਆ, ਇਸ ਰਿਹਰਸਲ 'ਚ ਫੇਲ ਹੋ ਗਿਆ, ਉਹਦੀ ਅਸਲ ਕਿਵੇਂ ਪਾਸ ਹੋ ਸਕਦੀ ਹੈ ਬਾਈ? ਜਿਹੜਾ ਰਿਹਰਸਲ 'ਚ ਫੇਲ ਹੋ ਜਾਂਦਾ ਉਹਨੂੰ ਚੁੱਕ ਕੇ ਬਾਹਰ ਸੁੱਟਦਾ ਜਾਂਦਾ, ਉਹਨੂੰ ਅਸਲ ਦੇ 'ਚ ਫਾਈਨਲ 'ਚ ਨਹੀਂ ਭੇਜਿਆ ਜਾਂਦਾ। ਪਰ ਹੋ, ਤੇਰੀ ਗ੍ਰਸਤੀ ਫੇਲ ਹੋ ਗਈ ਹੈ, ਤੂੰ ਆਪਣੇ ਮਾਲਕ ਨੂੰ, ਆਪਣੇ ਸਵਾਮੀ ਨੂੰ, ਆਪਣੇ ਖਸਮ ਨੂੰ ਨਹੀਂ ਰਜਾ ਸਕੀ, ਜਾਂ ਉਹ ਖਸਮ ਉਹ ਕੰਤ ਆਪਣੀ ਨਾਰ ਦਾ, ਆਪਣੇ ਮਾਪਿਆਂ ਦਾ, ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਸਕਿਆ, ਤੂੰ ਗ੍ਰਸਤੀ ਨਿਭਾਉਣ ਵਿੱਚ ਅਸਫਲ ਰਿਹਾ। ਉਹ ਜਿਹਦੀ ਗ੍ਰਸਤੀ
ਨਿਭਾਣ ਦੇ ਵਿੱਚ ਜਿਹੜਾ ਅਸਫਲ ਰਹਿ ਗਿਆ ਉਹਦਾ ਫਿਰ ਅਸਲ ਕਿਵੇਂ ਪਾਸ ਹੋਏਗਾ? ਆਖੋ ਸਤਨਾਮ। ਕਿਉਂਕਿ ਗ੍ਰਸਤੀ ਨਿਭਾਣ ਦੇ ਵਿੱਚ ਤਾਂ ਚਾਹੀਦਾ ਸੀ। ਕਹਿੰਦੇ ਤਨ ਮਨ ਧਨ ਕਰਿਓ ਸੌਂਪ ਸਰੀਰ, ਸੁਹਾਗਣ ਤਾਂ ਉਹ ਹੈ ਤੇ ਤੈਨੂੰ ਤਾਂ ਸੌਂਪਣਾ ਆਇਆ ਹੀ ਨਹੀਂ, ਤੈਨੂੰ ਤਾਂ ਸੌਂਪਣਾ ਆਇਆ ਨਹੀਂ ਤੇ ਤੂੰ ਹੁਣ ਗਾਂ ਦੀ ਗੱਲ ਕਰੀ ਜਾਂ ਕੀ ਕਹਿੰਦੇ? ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਕਹਿ ਕਵੀ, ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਤਨ ਮਨ ਧਨ ਗ੍ਰਹਿ ਸੌਂਪ, ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਤਨ ਮਨ ਧਨ ਗ੍ਰਹਿ ਸੋਜਰੀ, ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ, ਲਵ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ, ਲਵ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ, ਲਵ ਲੋਭ ਬਾਤੀ ਸੋ ਪਾਈਏ ਨਾਹੀਂ, ਇਨੀ ਬਾਤੀ ਸੋ ਪਾਈਏ ਨਾਹੀਂ, ਪਈ ਕਾਮਣ ਆਣੀ, ਪਈ ਕਾਮਣ ਆ। ਸੁਣ ਲਓ ਫੈਸਲੇ, ਕਹਿੰਦੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਏ ਸਮਾਨ। ਜਿਸ ਜੀਵ ਦੇ ਕੋਲ ਲਭ ਚਸਕੇ ਜੀਵ ਦੇ, ਲੋਭ ਲੋਭੀ ਸੁਭਾ, ਲੋਭੀ ਆਪਣੇ ਬਾਰੇ ਹੀ ਖਾਲੀ ਸੋਚੇ ਆਪਣੇ ਬਾਰੇ, ਅਹੰਕਾਰ ਟਿੱਲੇ ਤੇ ਤੇਰਾ ਹੁਣ ਹੰਕਾਰ ਚੜਿਆ ਹੋਵੇ, ਹਮੇ ਤਾਂ ਮਾਰਿਆ ਹੋਵੇ ਤੂੰ, ਇਹਨਾਂ ਚੀਜ਼ਾਂ ਚ ਗਰਸ ਕੇ ਕਹਿੰਦੇ ਤੂੰ ਆਪਣੀ ਗ੍ਰਸਤੀ ਨੂੰ, ਤੂੰ ਆਪਣੇ ਰਿਹਰਸਲ ਨੂੰ ਪਾਸ ਕਰ ਲਏਗਾ? ਨਹੀਂ ਨਹੀਂ, ਤੂੰ ਨਹੀਂ ਪਾਸ ਕਰ ਸਕੇਗਾ। ਤੇ ਜੇ ਇਹ ਔਗੁਣਾ ਕਰਕੇ ਤੂੰ ਇੱਥੇ ਆਪਣੀ ਗ੍ਰਸਤੀ ਨਹੀਂ ਸੰਭਾਲ ਸਕਿਆ, ਹੈਂਜੀ, ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਏ ਮਾਇਆ ਕਰਕੇ ਤੂੰ ਮੁੱਖ ਮੋੜ ਕੇ ਬਹਿ ਜਾਂ, ਵਿਤਕਰੇ ਪਾ ਕੇ ਬਹਿ ਜਾਂ। ਸਾਹਿਬ ਕਹਿੰਦੇ ਇਨੀ ਬਾਤੀ ਸ਼ੋ
ਆਈਏ ਨਹੀਂ ਨਾ ਬਈ ਨਾ, ਇਹਨਾਂ ਔਗੁਣਾਂ ਦੇ ਕਰਕੇ ਤਾਂ ਤੂੰ ਸ਼ੋ ਨੂੰ ਨਹੀਂ ਪ੍ਰਾਪਤ ਕਰ ਸਕੇ, ਇਨੀ ਬਾਤੀ ਸ਼ੋ ਪਾਈਏ ਨਹੀਂ ਪਈ ਕਾਮਣ ਇਆਣੀ। ਕਹਿੰਦੇ ਹੇ ਇਆਣੀ ਕਾਮਣ ਨਾ ਸਮਝ ਕਾਮਣ, ਜਿਸ ਔਗੁਣਾਂ ਦੇ ਕਰਕੇ ਤੇਰੀ ਗ੍ਰਸਤੀ ਦੀ ਰਿਹਰਸਲ ਫੇਲ ਹੋ ਜਾਵੇ ਉਹ ਔਗੁਣ ਛੱਡ ਕਿਉਂ ਨਹੀਂ ਦਿੰਦੀ? ਤੂੰ ਔਗੁਣ ਛੱਡ ਦੇ, ਉਹ ਔਗੁਣ ਛੱਡ ਕੇ ਤੂੰ ਸੁਹਾਗਣਾ ਵਾਲੇ ਗੁਣ ਅਪਣਾ ਲੈ। ਹਾਂ, ਜੇ ਸੁਹਾਗਣਾ ਵਾਲੇ ਗੁਣ ਅਪਣਾ ਲੈ ਨਾ, ਬਸ ਫਿਰ ਕੀ ਹੈ? ਫਿਰ ਇਸ ਗ੍ਰਸਤੀ 'ਚ ਤੂੰ ਪਾਸ, ਇਸ ਰਿਹਰਸਲ 'ਚ ਤੂੰ ਪਾਸ, ਉਹ ਗੁਣਾਂ ਦੇ ਕਰਕੇ, ਜਿਸ ਗੁਣ ਦੇ ਕਰਕੇ ਤੂੰ ਇੱਥੇ ਆਪਣੀ ਗ੍ਰਸਤੀ ਨੂੰ ਸੰਭਾਲ ਲਿਆ, ਸੁਹਾਵਣਾ ਬਣਾ ਲਿਆ, ਸੋਭਨੀਕ ਬਣਾ ਲਿਆ, ਉਹ ਸੱਚ ਜਾਣੀ ਸਾਹਿਬ ਕਹਿੰਦੇ ਬਸ ਇਹਨਾਂ ਗੁਣਾਂ ਦੇ ਕਰਕੇ ਤੂੰ ਉਹਨੂੰ ਵੀ ਪਾ ਲਏਗਾ, ਤੂੰ ਰੱਬ ਨੂੰ ਪਾ ਲਏਗਾ। ਕਿਵੇਂ ਕਹਿੰਦੇ ਸਾਹਿਬ? ਸੋਈ ਸੁਹਾਗਣ ਕਹਿ ਕਵੀ, 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 ਸੋਈ ਸੁਹਾਗਣ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵੇ ਕਿੰਨੀ ਗੁਣੀ, ਜਾਏ ਪੁੱਛੋ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵੇ ਕਿੰਨੀ ਗੁਣੀ, ਜਾਏ ਸੈ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ, ਸੈ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਫਿਰ ਰਸਾਲੂ ਤੁਸੀਂ ਰਾਵੇ ਕਿੰਨੀ ਗੁਣੀ, ਤੁਸੀਂ ਰਾਵੇ ਕਿੰਨੀ ਗੁਣੀ, ਤੁਸੀਂ ਰਾਵੇ ਕਿੰਨੀ ਗੁਣੀ, ਤੁਸੀਂ ਰਾਵੇ ਕਿੰਨੀ ਗੁਣੀ, ਸਹਿ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ, ਸਹਿ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ। ਸਾਹਿਬ ਕਹਿੰਦੇ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਣੀ ਗੁਣੀ। ਦੇਖ ਲਓ ਹਰ ਥਾਂ ਤੇ ਸਾਹਿਬ ਨੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ, ਪ੍ਰਭੂ ਨੂੰ ਪਾਣ ਦੇ, ਖਸਮ ਨੂੰ ਰੀਝਾਣ ਦੇ ਗੁਣ ਦੱਸੇ, ਔਰ ਹਰ ਪੰਗਤੀਆਂ ਦੇ ਵਿੱਚ ਤੁਹਾਨੂੰ
ਉਹ ਗੁਣਾਂ ਦੇ ਝਲਕਾਰੇ ਮਿਲਣ। ਕਹਿੰਦੇ ਤੁਸੀਂ ਰਾਵਿਆ ਕਿੰਨੀ ਗੁਣੀ, ਫਿਰ ਕਹਿੰਦੇ ਸਹਿਜ ਸੰਤੋਖ ਸਿੰਗਾਰਿਆ ਮਿੱਠਾ। ਜਿਹਦੇ ਕੋਲ ਸਹਿਜ, ਸਹਿਜ ਕੀ ਹੋਇਆ ਜੀ, ਅਡੋਲਤਾ, ਡੋਲੇ ਆ ਗਈਆਂ ਪਰਿਸਥਿਤੀਆਂ ਉੱਪਰ ਨੀਚੀਆਂ, ਗ੍ਰਸਤ ਦੇ ਵਿੱਚ ਉੱਚਾ ਨੀਚਾ ਹੋਣਾ ਸ਼ੁਰੂ ਹੋ ਗਈ। ਉਹ ਸਹਿਜ ਟਰੱਕ ਭਰੋਸਾ ਰੱਖ, ਸਹਿਜ ਸੰਤੋਖ ਸੰਤੋਖੀ ਰਹਿ। ਕਹਿੰਦੇ ਇਹਨਾਂ ਗੁਣਾਂ ਦੇ ਨਾਲ ਤੂੰ ਸ਼ਿੰਗਾਰੀ ਹੋਏਗੀ ਨਾ, ਸਹਿਜ ਸੰਤੋਖ ਸ਼ਿੰਗਾਰੀਆਂ ਤੇ ਅੱਗੇ ਮਿੱਠਾ ਬੋਲਣੀ। ਕਈ ਵਾਰੀ ਅਸੀਂ ਜਦੋਂ ਡੋਲ ਜਾਂਦੇ ਹਾਂ ਅੰਦਰ ਸੰਤੋਖ ਨਾ ਰਵੇ, ਹੋਰ 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 ਦੀ ਲਾਲਸਾ, ਤੇ ਉਦੋਂ ਮਿੱਠਾ ਬੋਲਣਾ ਕਿੱਥੇ ਰਹਿ ਜਾਂਦਾ, ਉੱਡੀ ਜਾਂਦਾ। ਕਿਉਂ ਕਲੇਸ਼ ਪਏ ਹੋਇਆ ਗ੍ਰਸਤੀਆਂ ਚ, ਬਸ ਆਹੀ ਕਾਰਨ, ਆਹੀ ਕਾਰਨ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਕਹਿੰਦੇ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ। ਤਾਂ ਹੀ ਬਾਬਾ ਕਬੀਰ ਜੀ ਨੇ ਖੁੱਲੇ ਫੈਸਲੇ ਦਿੱਤੇ, ਕਹਿੰਦੇ ਬਈ ਸੁਹਾਗਣ ਕੌਣ, ਸੋਈ ਸੁਹਾਗਣ ਕਹਿ ਕਵੀ, 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 ਸੋਈ ਸੁਹਾਗਣ ਕਹਿ ਕਵੀ। ਤਨ ਮਨ ਤਨ ਗ੍ਰਹਿ ਸੌਂਪ ਸ਼ਰੀਰ, ਤਨ ਮਨ ਤਨ ਗ੍ਰਹਿ ਸੌਂਪ ਸ਼ਰੀਰ, ਉਹ ਤਨ ਮਨ ਤਨ ਗ੍ਰਹਿ ਸੌਂਪ ਸ਼ਰੀਰ, ਤਨ ਮਨ ਤਨ ਗ੍ਰਹਿ ਸੋਜਰੀ, ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਕਹਿ ਕਵੀ, ਸੋਈ ਸੁਹਾਗਣ ਕਹਿ ਕਵੀ। ਸਾਹਿਬ ਕਹਿੰਦੇ ਜੇ ਆਹ ਗੁਣ ਨਹੀਂ ਹੈ ਨਾ, ਨਹੀਂ ਹੈ, ਤੈਨੂੰ ਪਤਾ ਲੱਗ ਗਿਆ ਇਹਨਾਂ ਗੁਣਾ ਕਰਕੇ ਹੀ ਮੇਰੀ ਰਿਹਰਸਲ ਵੀ ਤੇ ਮੇਰੀ ਅਸਲ ਵੀ ਪਾਸ ਹੋਣੀ ਹੈ। ਇਹਨਾਂ ਗੁਣਾ ਕਰਕੇ ਮੈਂ ਰਿਹਰਸਲ ਨੂੰ ਵੀ ਪਾਸ ਕਰਨਾ ਤੇ ਅਸਲ ਨੂੰ ਵੀ ਪਾਸ ਕਰਨਾ। ਹੁਣ ਤੇਰੇ ਕੋਲ ਇਹ ਗੁਣ ਨਹੀਂ ਨਾ, ਤੇ ਸਾਹਿਬ ਨੇ ਫਿਰ ਇੱਕ ਰਸਤਾ ਦੱਸਤਾ, ਇੱਕ ਰਸਤਾ ਦੱਸਿਆ। ਕਿਹੜਾ ਰਸਤਾ? ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਛੋ ਪਾਈ ਹੈ, ਵਾਹੇ ਕਿੰਨੀ ਬਾਤੀ ਛੋ ਪਾਈ ਹੈ, ਵਾਹੇ ਕਿੰਨੀ ਬਾਤੀ ਛੋ ਪਾਈ ਹੈ, ਵਾਹੇ ਕਿੰਨੀ ਬਾਤੀ।
ਜਾਏ ਪੁੱਛੋ ਜਾਏ ਪੁੱਛੋ ਸੁਹਾਗਣੀ ਜਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਬੀਬੀ ਭਾਨੀ ਜੀ ਨੂੰ ਤੋਰਨਾ ਵਿਆਹ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਤੇ ਹੁਣ ਤੋਰਨ ਲੱਗੇ ਨੇ ਤੇ ਤਿੰਨ ਭੱਬਿਆਂ ਦੀ ਪੜ੍ਹਾਈ ਪੜ੍ਹਾਈ ਆਖੋ ਸਤਨਾਮ ਤਿੰਨ ਭੱਬਿਆਂ ਜੇ ਆਪਣੀ ਗ੍ਰਸਤ ਨੂੰ ਤੂੰ ਸਫਲਾ ਕਰਨਾ ਚਾਹੁੰਦਾ ਆ ਤਿੰਨ ਸੂਲਾਂ ਤੇ ਖੜਾ ਹੋ ਜਾ ਤਿੰਨ ਸੂਲ ਜੇ ਗ੍ਰਸਤ ਮਾਰਗ ਨੂੰ ਸਫਲਾ ਕਰਨਾ ਹੀ ਨਾ ਤਿੰਨ ਸੂਲ ਭੱਬਾ ਭਲਾ ਜੀ ਅੱਬਾ ਭੁੱਲ ਗਈ ਜੀ ਅੱਬਾ ਪਾਣ ਜੀ ਇਹ ਤਿੰਨ ਸੂਲ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਨੀ ਜੀ ਨੂੰ ਕਿਹਾ ਕਹਿੰਦੇ ਭਾਨੀ ਹੁਣ ਤੂੰ ਗ੍ਰਸਤ ਆਸ਼ਰਮ ਦੇ ਵਿੱਚ ਗ੍ਰਸਤ ਧਰਮ ਦੇ ਵਿੱਚ ਤੂੰ ਕਦਮ ਰੱਖਣਾ ਧਿਆਨ ਰੱਖੀ ਆ ਤਿੰਨ ਭਵਿਆਂ ਦੀ ਪੜ੍ਹਾਈ ਇਹ ਬੇਟਾ ਜ਼ਰੂਰ ਪੜ੍ਹਦੀ ਬਾਬਾ ਭਲਾ ਜੀ ਜੋ ਹੋਇਆ ਵਾ ਵਾ ਇਹਨੂੰ ਆਪਾਂ ਸਹਿਨਸ਼ੀਲਤਾ ਵੀ ਕਹਿ ਲਾਂਗੇ ਬੜੇ ਅਪ ਐਂਡ ਡਾਊਨਸ ਆਉਂਦੇ ਨੇ ਉਤਾਰ ਚੜਾ ਆਉਂਦੇ ਨੇ ਜਿਹਦੇ ਅੰਦਰ ਸਹਿਨਸ਼ੀਲਤਾ ਨਹੀਂ ਉਹ ਇਹ ਪੜ੍ਹਾਈ ਨਹੀਂ ਪੜ੍ਹ ਸਕਦੀ ਬੀਬੀ ਨਾ ਦੂਜੀ ਪੜ੍ਹਾਈ ਭੁੱਲ ਗਈ ਜੀ ਮਾਫੀ ਮੰਗ ਲੈ ਹੋ ਗਈ ਗਲਤੀ ਨਾ ਮਾਫੀ ਮੰਗ ਲੈ ਜੀ ਗਲਤੀ ਹੋ ਗਈ ਮੈਂ ਵੇਖਿਆ ਗ੍ਰਸਤ ਦੇ ਵਿੱਚ ਸਤਸੰਗ ਜਦੋਂ ਇੱਕ ਬੰਦਾ ਉੱਚਾ ਬੋਲਦਾ ਹੋਵੇ ਨਾ ਇੱਕ ਭਾਵੇਂ ਕਿਤੇ ਵੀ ਲੈ ਲਓ ਮਾਂ ਪਿਓ ਦੇ ਰਿਸ਼ਤੇ ਵਿੱਚ ਲੈ ਲਓ ਬੱਚਿਆਂ ਦੇ ਰਿਸ਼ਤੇ 'ਚ ਲੈ ਲਓ ਘਰਵਾਲੀ ਦੇ ਆਦਮੀ ਦੇ ਰਿਸ਼ਤਿਆਂ 'ਚ ਲੈ ਲਓ ਕਿਤੇ ਵੀ ਪਿਓ ਉੱਚਾ ਬੋਲ ਰਿਹਾ ਉਸ ਵੇਲੇ ਪੁੱਤਰ ਚੁੱਪ ਕਰ ਜਾ ਇਹ ਧਰਮ ਹੈ ਉਹਦਾ ਕਈ ਵਾਰੀ ਹੁਣ ਬਜ਼ੁਰਗ ਮਾਂ ਪਿਓ ਹੋ ਜਾਂਦੇ ਨੇ ਪੁੱਤਰ ਬਹੁਤ ਉੱਚੀ ਬੋਲਦੇ ਨੇ ਪੁੱਤਰ ਬਹੁਤ ਉੱਚੀ ਬੋਲਦੇ ਉਦੋਂ ਮਾਂ ਪਿਓ ਚੁੱਪ ਕਰ ਜਾਂਦੇ ਪਰ ਸਿਆਣਾ ਮਾਂ ਪਿਓ ਫਿਰ ਬਾਅਦ ਵਿੱਚ ਗੱਲ ਕਰਦਾ ਸਿਆਣਾ ਪੁੱਤਰ ਬਾਅਦ 'ਚ ਗੱਲ ਕਰਦਾ ਸਿਆਣੀ ਔਰਤ ਬਾਅਦ 'ਚ ਗੱਲ ਕਰਦੀ ਸਿਆਣਾ ਮਰਦ ਬਾਅਦ 'ਚ ਗੱਲ ਕਰਦਾ ਜਦੋਂ ਗੁੱਸਾ ਅਗਲੇ ਦਾ ਉਤਰ ਜਾਂਦਾ ਨਾ ਉਦੋਂ ਗੱਲ ਕਰਦਾ ਕਿਉਂਕਿ ਗੁੱਸੇ ਦੇ ਵਿੱਚ ਗੱਲ ਕੀਤੀ ਉਹ ਹੋਰ ਗੱਲ ਵਿਗੜਦੀ ਚਲੀ ਜਾਂਦੀ ਆ ਆਖੋ ਸਤਨਾਮ ਹੋਰ ਗੱਲ ਵਿਗੜਦੀ ਚਲੀ ਜਾਂਦੀ ਬਾਬਾ ਭੁੱਲ ਗਈ ਜੀ ਇਹ ਦੂਸਰਾ ਸੁਨਹਿਰੀ ਅਸੂਲ ਹੈ ਤੇ ਤੀਸਰਾ ਬਾਬਾ ਭਾਣਾ ਜੀ ਆਖੋ ਸਤਨਾਮ ਜਿੱਦਾਂ ਦਾ ਵੀ ਸਮਾਂ ਬਣ ਗਿਆ ਗਰੀਬੀ ਦਾ ਅਮੀਰੀ ਦਾ ਮੰਦਾ ਚੰਗਾ ਫਿਰ ਉਹਦੇ ਭਾਣਿਆਂ ਦੇ ਵਿੱਚ ਰਹਿਣਾ ਔਰ ਭਾਣੇ 'ਚ ਰਹਿ ਕੇ ਆਪਣੇ ਗ੍ਰਸਤ ਨੂੰ ਇੱਕਜੁੱਟ ਕਰਕੇ ਰੱਖਣਾ ਅਲੱਗ ਨਹੀਂ ਕਰ ਦੇਣਾ ਤੂੰ ਅਲੱਗ ਨਹੀਂ ਹੋ ਜਾਣਾ ਇੱਕਜੁੱਟ ਇਕੱਠਾ ਕਰਕੇ ਰੱਖਣਾ ਕਈ ਇਸ ਤਰ੍ਹਾਂ ਦੇ ਸਮੇਂ ਬਣਦੇ ਨੇ ਬਾਬਾ ਭਾਣਾ ਜੀ ਇਹ ਤਿੰਨ ਅਸੂਲ ਮੈਂ ਤਾਂ ਇੱਕ ਗੱਲ ਕਹਾਂਗਾ ਹਰ ਮਾਪੇ ਆਪਣੀ ਬੱਚੀ ਨੂੰ ਇਹ ਤਿੰਨ ਅਸੂਲ ਸਿਖਾਉਣ ਹਰ ਮਾਪੇ ਜਿਸ ਬੱਚੀ ਦਾ ਆਨੰਦ ਕਾਰਜ ਹੋਣਾ ਹੈ ਨਾ ਆ ਤਿੰਨ ਅਸੂਲ ਦੇ ਕੇ ਜੇ ਬੱਚੀ ਨੂੰ ਭੇਜੋਗੇ ਉਹ ਬੱਚੀ ਦਾ ਘਰ ਸਦਾ ਸਵਰਗ ਬਣਿਆ ਰਹੇਗਾ ਆਖੋ ਸਤਨਾਮ ਸਦਾ ਸਵਰਗ ਬਣਿਆ ਰਹੇਗਾ ਉਹਨੇ ਹਰੇਕ ਦਾ ਮਨ ਜਿੱਤ ਲੈਣਾ ਜੇ ਜੇ ਇਹ ਤਿੰਨ ਸੁਨਹਿਰੀ ਅਸੂਲਾਂ ਦੀ ਉਸ ਬੱਚੀ ਨੇ ਪੜ੍ਹਾਈ ਕਰ ਲਈ ਮਾਪਿਆਂ ਦਾ ਫਰਜ਼ ਹੈ
ਤੇ ਜਿਨ੍ਹਾਂ ਬੀਬੀਆਂ ਦਾ ਵਿਆਹ ਹੋ ਚੁੱਕਾ ਹੈ, ਆਨੰਦ ਕਾਰਜ ਹੋ ਚੁੱਕਾ, ਪਿੱਛੋਂ ਇਹ ਗਿਆਨ ਨਹੀਂ ਮਿਲਿਆ, ਧਿਆਨ ਦੇਣਾ, ਤੇ ਹੁਣ ਸੰਗਤ 'ਚ ਗਿਆਨ ਮਿਲ ਰਿਹਾ ਨਾ, ਆ ਟੇਪਾਂ ਦੇ ਰਾਹੀਂ ਗਿਆਨ ਮਿਲ ਰਿਹਾ, ਚੈਨਲਾਂ ਰਾਹੀਂ ਗਿਆਨ ਮਿਲ ਰਿਹਾ, ਦੂਰ ਦੂਰ ਤੱਕ ਆਵਾਜ਼ ਜਾ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਿੱਤੇ ਤਿੰਨ ਅਸੂਲਾਂ ਤੇ ਪਹਿਰਾ ਦੇ ਦਿਓ, ਅਸੂਲਾਂ ਤੇ ਪਹਿਰਾ ਦੇ ਦਿਓ। ਸਾਹਿਬ ਕਹਿੰਦੇ ਜੇ ਤੇਰੇ ਕੋਲ ਸੁਹਾਗਣ ਵਾਲੇ ਗੁਣ ਨਹੀਂ ਨਾ, ਤੂੰ ਸੁਹਾਗਣਾ 'ਚ ਬਹਿ ਤੇ ਉਹਨਾਂ ਕੋਲ ਪੁੱਛ, ਦੱਸ ਕਿਵੇਂ ਤੁਸੀਂ ਰਜਾਇਆ, ਵਾਹੇ ਕਿੰਨੀ ਬਾਤੀ ਸ਼ੋ ਪਾਈ, ਦੱਸਾਂ ਕਿਵੇਂ ਪਾਇਆ। ਫਿਰ ਇੱਕ ਇੱਕ ਗੁਣ ਤੈਨੂੰ ਪਤਾ ਲੱਗਦਾ ਚਲਾ ਜਾਵੇ, ਉਹਨੂੰ ਢਾਲ, ਉਹਨੂੰ ਢਾਲ। ਕਿਵੇਂ ਕਹਿੰਦੇ ਸਾਹਿਬ, ਆਓ ਸਾਰੇ ਕਿਰਪਾ ਕਰ, ਫਿਰ ਨਾਲ ਨਾਲ ਵਿਚਾਰ। ਜਾਏ ਪੁੱਛੋ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ। ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਜਾਏ ਪੁੱਛੋ, ਜਾਏ ਪੁੱਛੋ, ਜਾਏ ਪੁੱਛੋ ਸੁਹਾਗਣੀ, ਜਾਏ ਹਰ ਰਿਸ਼ਤਾ ਇੱਕ ਮਰਿਆਦਾ ਰੱਖਦਾ, ਹਰ ਰਿਸ਼ਤੇ ਦੀ ਆਪਣੀ ਇੱਕ ਮਰਿਆਦਾ ਹੈ, ਧਿਆਨ ਦੇਣਾ, ਹਰ ਰਿਸ਼ਤੇ ਦੀ ਆਪਣੀ ਇੱਕ ਮਰਿਆਦਾ ਹੈ। ਇੱਕ ਬੀਬੀ ਮਾਂ ਵੀ ਹੈ, ਇੱਕ ਬੀਬੀ ਸੱਸ ਵੀ ਹੈ, ਉਹ ਮਾਂ ਵੀ ਹੈ, ਉਹ ਸੱਸ ਵੀ ਹੈ। ਉਹਨੂੰ ਮਾਂ ਦੀ ਮਰਿਆਦਾ ਦਾ ਵੀ ਧਿਆਨ ਰੱਖਣਾ, ਉਹਨੂੰ ਸੱਸ ਦੀ ਮਰਿਆਦਾ ਦਾ ਵੀ ਧਿਆਨ ਰੱਖਣਾ, ਆਹ ਕੋ ਸਾਧਨਾ। ਹਰ ਬੱਚੀ ਧੀ ਵੀ ਹੈ, ਨੂੰ ਵੀ, ਉਹਨੂੰ ਧੀ ਦੀ, ਉਹਨੂੰ ਧੀ ਦੇ ਰਿਸ਼ਤੇ ਦੀ ਮਰਿਆਦਾ ਰੱਖਣੀ ਪਏਗੀ, ਉਹਨੂੰ ਨੂੰਹ ਦੇ ਰਿਸ਼ਤੇ ਦੀ ਵੀ ਮਰਿਆਦਾ ਰੱਖਣੀ ਪਈ। ਹੁਣ ਧਿਆਨ ਦੇਣਾ, ਇੱਕ ਵਿਸ਼ਾ ਅਸੀਂ ਸ਼ੁਰੂ ਕੀਤਾ ਸੀ, ਰਿਸਪੋਂਸੀਬਿਲਟੀਜ਼ ਆਫ ਪੇਰੈਂਟਸ ਟੁਵਰਡਸ ਦੇਅਰ ਚਿਲਡਰਨ। ਹੁਣ ਇੱਥੇ ਆ ਕੇ ਥੋੜ੍ਹੀ ਜਿਹੀ ਹੁਣ ਦਾਸ ਗੱਲ ਗ੍ਰਸਤੀ ਦੀ ਖੋਲ੍ਹਣ ਲੱਗਾ, ਕਿਉਂਕਿ ਮੈਂ ਪਹਿਲੇ ਇੱਕ ਗੱਲ ਦੱਸਦੀ ਹੈ, ਆ ਗ੍ਰਸਤੀ ਦੇ ਵਿੱਚੋਂ ਹੀ ਰੱਬ ਨੂੰ ਮਿਲਣ ਦਾ ਰਸਤਾ ਨਿਕਲੇਗਾ। ਜੇ ਆਖੋ ਸਤਨਾਮ, ਗ੍ਰਸਤ ਨੂੰ ਪ੍ਰਧਾਨ ਕਿਹਾ ਸਾਹਿਬ ਨੇ, ਇਹਦੇ ਗ੍ਰਸਤੀ ਦੇ ਵਿੱਚ ਇਹ ਰਿਹਰਸਲ ਹੋ ਰਹੀ ਹੈ ਸਾਡੀ, ਰਿਹਰਸਲ ਹੈ, ਇਹ ਰਿਹਰਸਲ ਹੈ, ਇਹਦੇ ਵਿੱਚ ਹੀ ਅਸੀਂ ਗੁਣ ਗ੍ਰਹਿਣ ਕਰਨੇ ਨੇ, ਗੁਣ ਸਿੱਖਣੇ ਨੇ, ਗੁਣਾਂ ਦਾ ਧਾਰਨੀ ਹੋ ਬਣਨਾ। ਮੈਨੂੰ ਪਤਾ ਕਿ ਇਸ ਔਗੁਣ ਕਰਕੇ ਮੇਰੀ ਗ੍ਰਸਤੀ ਟੁੱਟ ਸਕਦੀ, ਠੀਕ ਹੈ ਨਾ ਜੀ, ਉਹ ਔਗੁਣ ਕਰਕੇ ਜੇ ਮੇਰੀ ਗ੍ਰਸਤੀ ਟੁੱਟਦੀ ਤੇ ਸੱਚ ਦੱਸੋ ਕੀ ਉਹ ਔਗੁਣ ਮੇਰੇ ਰੱਬ ਨੂੰ ਮਨਜ਼ੂਰ ਹੋਏ, ਮੇਰੀ ਉਹ ਗ੍ਰਸਤੀ ਵੀ ਟੁੱਟ ਜਾਏਗੀ, ਕਿਉਂਕਿ ਮੈਂ ਨਾਰ ਹਾਂ, ਉਹ ਪੁਰਖ ਹੈ, ਮੇਰੀ ਇੱਕ ਗ੍ਰਸਤੀ ਬਣਨੀ ਹੈ ਉਹਦੇ ਨਾਲ, ਵਿਆਹ ਹੋਵਾ ਮੇਰੇ ਬਾਬੂਲਾ, ਮੇਰਾ ਵਿਆਹ ਹੋਣਾ ਉਹਦੇ ਨਾਲ, ਸੱਚਾਈ ਜੇ
ਇਹ ਪੇਕਾ ਘਰ ਹੈ ਦੁਨੀਆ, ਇਹਨੂੰ ਛੱਡ ਕੇ ਸਹੁਰੇ ਘਰ ਵੰਜਣਾ ਜੇ, ਸਭ ਮੁਕਲਾਵਣ ਹਾਰ ਆਖੋ ਸਤਨਾਮ। ਸੱਚਾਈ ਆ ਦੁਨੀਆ ਘਰ ਨੂੰ ਪੇਕਾ ਘਰ ਗਿਣਿਆ ਗਿਆ, ਪੇਕੇ ਦੇ ਚ ਕੋਈ ਬੱਚੀ ਹਮੇਸ਼ਾ ਨਹੀਂ ਰਹਿੰਦੀ, ਸਹੁਰੇ ਜਾਣਾ ਹੀ ਪੈਂਦਾ। ਆਖੋ ਸਤਨਾਮ, ਜਾਣਾ ਹੀ ਪੈਂਦਾ। ਇੱਥੋਂ ਹੁਣ ਅਸੀਂ ਰਿਸ਼ਤਿਆਂ ਦੀ ਗੱਲ ਸ਼ੁਰੂ ਕਰਨ ਲੱਗੇ ਹਾਂ। ਸੱਸ ਇੱਕ ਬੀਬੀ ਮਾਂ ਵੀ ਹੈ, ਇੱਕ ਬੀਬੀ ਸੱਸ ਹੈ, ਠੀਕ ਹੈ। ਮਾਂ ਦੀ ਆਪਣੀ ਜ਼ਿੰਮੇਵਾਰੀਆਂ ਨੇ, ਸੱਸ ਦੀ ਆਪਣੀ ਜ਼ਿੰਮੇਵਾਰੀਆਂ ਨੇ। ਬੈਲੈਂਸ ਲੈ ਕੇ ਚੱਲੇਗੀ ਤੇ ਗੱਲ ਬਣ ਜਾਏਗੀ, ਪਰ ਅੱਜ ਬੈਲੈਂਸ ਹੈ ਨਹੀਂ। ਹਰ ਮਾਂ ਚਾਹੁੰਦੀ ਹੈ ਮੇਰੀ ਧੀ ਸੁਖੀ ਰਵੇ, ਮੈਨੂੰ ਦੱਸੋ ਜੀ ਹੈ ਨਾ, ਖਾਹਿਸ਼ ਖੁਸ਼ ਰਵੇ, ਹੱਸਦੀ ਖੇਡਦੀ ਰਵੇ, ਖੁਸ਼ ਰਵੇ, ਪਰ ਕੀ ਉਹ ਇਹੀ ਫੀਲਿੰਗ ਆਪਣੀ ਨੂੰਹ ਵਾਸਤੇ ਰੱਖਦੀ ਪਈ ਹੈ? ਧਿਆਨ ਦੇਣਾ, ਜਿਹੜੀ ਨੂੰਹ ਅੱਜ ਤੇਰੇ ਘਰ ਬੈਠੀ ਹੈ ਉਹ ਵੀ ਕਿਸੇ ਦੀ ਧੀ ਹੈ। ਜੇ ਤੂੰ ਆਪਣੀ ਧੀ ਦੇ ਵਾਸਤੇ ਉਹ ਫੀਲਿੰਗ ਰੱਖ ਰਹੀ ਹੈ ਤੇ ਉਹਦੀ ਮਾਂ ਨੇ ਵੀ ਆਪਣੀ ਧੀ ਦੇ ਵਾਸਤੇ ਉਹ ਫੀਲਿੰਗ ਰੱਖੀ ਹੈ ਕਿ ਮੇਰੀ ਧੀ ਆਪਣੇ ਘਰ ਖੁਸ਼ ਰਵੇ। ਆਖੋ ਸਤਨਾਮ। ਮਾਵਾਂ ਬੈਠੀਆਂ ਨੇ ਇੱਥੇ, ਜੋ ਧੀ ਵਾਸਤੇ ਤੁਹਾਡੀ ਫੀਲਿੰਗ ਬਣ ਰਹੀ ਹੈ, ਜਿਸ ਦਿਨ ਉਹ ਫੀਲਿੰਗ ਆਪਣੀ ਨੂੰਹ ਵਾਸਤੇ ਬਣ ਗਈ ਨਾ, ਮੈਂ ਅੱਗੇ ਗੱਲ ਆਉਣਾ, ਗੱਲ ਆਏਗੀ ਨੂੰਹ ਵਾਸਤੇ ਵੀ, ਦੋਨਾਂ ਨੂੰ ਮੈਂ ਬੈਲੈਂਸ ਲੈ ਕੇ ਚੱਲਾਂਗਾ। ਪਹਿਲੇ ਇੱਕ ਸੱਸ ਦਾ ਕਿਰਦਾਰ, ਕਿਉਂਕਿ ਰਿਸਪੋਂਸੀਬਿਲਟੀਜ਼ ਆਫ ਪੇਰੈਂਟਸ ਦੀ ਗੱਲ ਚੱਲ ਰਹੀ ਹੈ ਅੱਜ, ਇਹ ਪੇਰੈਂਟਸ ਦੀ ਕੀ ਰਿਸਪੋਂਸੀਬਿਲਟੀ ਬਣਦੀ ਹੈ? ਜਿਸ ਕੁੜੀ ਨੂੰ, ਜਿਸ ਧੀ ਨੂੰ ਤੂੰ ਘਰ ਲੈ ਕੇ ਆਈ ਹੈ, ਕਿਸੇ ਦੀ ਧੀ ਨੂੰ ਆਪਣੇ ਘਰ ਲੈ ਕੇ ਆਈ ਹੈ, ਉਹਦੇ ਪ੍ਰਤੀ ਤੇਰੀ ਕੀ ਜ਼ਿੰਮੇਵਾਰੀਆਂ ਨੇ? ਰਿਸਪੋਂਸੀਬਿਲਟੀਜ਼ ਜ਼ਿੰਮੇਵਾਰੀਆਂ ਹੋ ਗਈਆਂ ਨਾ, ਕੀ ਜ਼ਿੰਮੇਵਾਰੀਆਂ ਨੇ? ਇਹ ਤੈਨੂੰ ਵੇਖਣਾ ਪਏਗਾ। ਤੂੰ ਚਾਹੁੰਦੀ ਹੈ ਕਿ ਮੇਰਾ ਜਵਾਈ ਮੇਰੇ ਧੀ ਦਾ ਖਿਆਲ ਰੱਖੇ, ਮੇਰਾ ਜਵਾਈ ਮੇਰੀ ਧੀ ਦੀ ਖੁਸ਼ੀ ਦਾ ਧਿਆਨ ਰੱਖੇ, ਉਹਨੂੰ ਪਿਆਰ ਕਰੇ, ਤੇ ਜੇ ਉਹ ਕੁਝ ਤੇਰਾ ਪੁੱਤਰ ਕਰਦਾ ਹੈ, ਚਾਹੁੰਦੇ ਉਹ ਕੁਝ ਤੇਰਾ ਪੁੱਤਰ ਜੇ ਤੇਰੀ ਨੂੰਹ ਦਾ ਧਿਆਨ ਰੱਖੇ ਥੋੜ੍ਹਾ ਜਿਹਾ, ਪਿਆਰ ਕਰੇ ਥੋੜ੍ਹਾ ਜਿਹਾ, ਤੇ ਕਹਿ ਦਿੰਦੀ ਹੈ ਜੋਰੂ ਦਾ ਗੁਲਾਮ ਹੈ। ਆਖੋ ਸਤਨਾਮ। ਹੁੰਦਾ ਨਾ ਜੀ, ਹੁੰਦਾ ਨਾ, ਬਿਲਕੁਲ ਸੱਚਾਈ ਜੇ, ਬਿਲਕੁਲ ਸੱਚਾਈ। ਬੀਬੀਓ, ਮੈਂ ਇਹ ਚਾਹਤ ਰੱਖਦੀ ਹਾਂ ਕਿ ਮੇਰੀ ਧੀ ਨੂੰ ਮੇਰਾ ਜਵਾਈ ਖੁਸ਼ ਰੱਖੇ, ਸਾਰੀਆਂ ਗੱਲਾਂ ਮੰਨੇ, ਉਹਨੂੰ ਦੁਖੀ ਨਾ ਕਰੇ, ਤੇ ਜੇ ਤੇਰਾ ਪੁੱਤ ਤੇਰੀ ਨੂੰਹ ਦਾ ਧਿਆਨ ਰੱਖਦਾ, ਸਾਰੀਆਂ ਗੱਲਾਂ ਮੰਨਦਾ, ਤੇ ਕਹਿ ਦਿੰਦੀ ਹੈ ਲੈ ਜੋਰੂ ਦਾ ਗੁਲਾਮ ਹੀ ਬਣਿਆ ਫਿਰਦਾ। ਆਖੋ ਸਤਨਾਮ। ਕੀ ਰਿਸਪੋਂਸੀਬਿਲਟੀ, ਇਹ ਕੀ ਤੇਰੀ ਜ਼ਿੰਮੇਵਾਰੀ ਹੈ? ਜੋ ਤੂੰ ਧੀ ਵਾਸਤੇ ਸੋਚਦੀ ਪਈ ਹੈ ਨਾ ਕਿ ਮੇਰਾ ਜਵਾਈ ਮੇਰੇ ਧੀ ਨੂੰ ਖੁਸ਼ ਰੱਖੇ, ਉਹਦੀਆਂ ਲੋੜਾਂ ਪੂਰੀਆਂ ਕਰੇ, ਹੈਂਜੀ, ਉਹਨੂੰ ਮਾਨ ਸਨਮਾਨ ਦੇਵੇ, ਉਹ ਕੁਝ ਤੂੰ ਆਪਣੇ ਪੁੱਤਰ ਨੂੰ ਸਮਝਾ ਕਿ ਬੇਟਾ ਇਹ ਬੱਚੀ ਵੀ ਕਿਸੇ ਦੀ ਧੀ ਹੈ, ਉਹਨੇ ਵੀ ਇਹ ਸੁਪਨਾ ਸੰਜੋਇਆ ਹੋਏਗਾ ਕਿ ਮੇਰੀ ਧੀ ਜਿਸ ਘਰ 'ਚ ਗਈ ਇਸ ਘਰ 'ਚ ਆਈ ਨਾ, ਬੇਟਾ ਇਹਨੂੰ ਮਾਨ ਸਨਮਾਨ ਦੇ, ਇਹਦੀ ਲੋੜਾਂ ਦਾ ਧਿਆਨ ਰੱਖ, ਨਿਉ ਕਰ ਇਹਦੇ ਨਾਲ। ਆਖੋ ਸਤਨਾਮ। ਆ ਜ਼ਿੰਮੇਵਾਰੀ ਤੇਰੀ ਬਣਦੀ। ਕਈ ਵਾਰੀ ਵੇਖਿਆ ਜਾਂਦਾ ਧੀ ਦਾ ਫੋਨ ਆਇਆ ਮਾਂ ਨੂੰ,
ਮਾਂ ਹਾਲ ਚਾਲ ਪੁੱਛ ਲੈਂਦੀ ਕਹਿੰਦੇ ਕੀ ਹਾਲ ਹੀ ਧੀ ਅੱਗੋਂ ਕਹਿੰਦੇ ਨੇ ਜੀ ਮੈਂ ਤਾਂ ਮਰ ਗਈ ਅੱਜ ਕਿਉਂ ਕੀ ਹੋਏ ਅੱਜ ਉਹ ਰਿਸ਼ਤੇਦਾਰ ਉਹ ਆ ਗਏ ਅਤੇ ਫਿਰ ਕਹਿੰਦੇ ਸਾਰੇ ਬੈਠੇ ਰਹਿ ਗਏ ਅਤੇ ਮੈਂ ਇਕੱਲੀ ਕਿਚਨ ਦੇ ਵਿੱਚ ਮਰਦੀ ਰਹਿ ਗਈ ਮੈਂ ਇਕੱਲੀ ਮਰਦੀ ਰਹਿ ਗਈ ਹੈ ਜੀ ਮੈਂ ਸਾਰਾ ਕੰਮ ਕੀਤਾ ਥੱਕ ਟੁੱਟ ਗਈਆਂ ਮੰਮੀ ਮਰ ਗਈਆਂ ਅਤੇ ਅੱਗੋਂ ਮਾਂ ਕਹਿੰਦੀ ਆਰਾਮ ਕਰ ਲੈਣਾ ਸੀ ਥੋੜ੍ਹਾ ਥੋੜ੍ਹਾ ਰੈਸਟ ਕਰ ਲੈਂਦੀ ਸੱਸ ਨੂੰ ਕਹਿ ਦਿੰਦੀ ਨਨਾਣ ਨੂੰ ਕਹਿ ਦਿੰਦੀ ਇਕੱਲੀ ਤੂੰ ਮਰਦੀ ਰਹੀ ਹੈ ਅਤੇ ਜਦੋਂ ਤੇਰੇ ਘਰ ਰਿਸ਼ਤੇਦਾਰ ਆਣ ਤੇਰੀ ਨੂੰ ਥਕਾਵਟ ਕਰਕੇ ਥੋੜ੍ਹਾ ਜਿਹਾ ਲੇਟ ਗਈ ਅਤੇ ਕਹਿ ਦਿੰਦੀ ਕਾਮ ਚੋਰ ਹੈ ਆਖੋ ਸਤਨਾਮ ਕੀ ਕਹਿ ਦਿੰਦੀ ਕਾਮ ਚੋਰ ਕਾਮ ਚੋਰ ਤੇਰੀ ਨੂੰਹ ਦੀ ਵੀ ਜਿਹੜੀ ਮਾਂ ਹੈ ਨਾ ਉਹ ਵੀ ਸੋਚਦੀ ਹੋਣੀ ਹੈ ਕਿ ਮੇਰੀ ਧੀ ਨੂੰ ਵੀ ਕੁਝ ਆਰਾਮ ਮਿਲੇ ਰਿਸ਼ਤੇਦਾਰੀਆਂ ਆਈਆਂ ਸਭ ਕੁਝ ਆਇਆ ਇਕੱਲੀ ਨੂੰਹ ਲੱਗੀ ਹੋਈ ਲੱਗੀ ਹੋਈ ਲੱਗੀ ਹੋਈ ਲੱਗੀ ਆਪ ਸੱਸ ਉੱਠੇ ਆਪ ਉਹਦੀ ਨਨਾਣ ਨੂੰ ਕਵੇ ਉੱਠ ਚੱਲ ਜਾ ਜਾ ਭਰਜਾਈ ਦੇ ਨਾਲ ਕੰਮ ਕਰ ਉਹ ਇਕੱਲੀ ਮਰਦੀ ਪਈ ਹੈ ਜਾ ਬੇਟਾ ਸਵੇਰੇ ਦੀ ਤੂੰ ਲੱਗੀ ਹੋਈ ਹੈ ਜਾ ਥੋੜ੍ਹਾ ਆਰਾਮ ਕਰ ਲੈ ਜਾ ਆਰਾਮ ਕਰ ਇਹ ਫੀਲਿੰਗ ਸੀਗੀ ਧੀ ਵਾਸਤੇ ਸੀ ਨਾ ਇਹ ਫੀਲਿੰਗ ਸੀਗੀ ਧੀ ਵਾਸਤੇ ਕਿ ਮੇਰੀ ਧੀ ਦੀ ਸੱਸ ਉਹਨੂੰ ਇਹ ਕਹਿੰਦੀ ਕੰਮ ਕਰਦੀਆਂ ਨੂੰ ਕਿ ਜਾ ਬੇਟਾ ਥੋੜ੍ਹਾ ਆਰਾਮ ਕਰ ਲੈ ਤੂੰ ਬੋਲਿਆ ਤੂੰ ਆਪਣੇ ਨੂੰਹ ਨੂੰ ਬੋਲਿਆ ਕਿ ਜਾ ਬੇਟਾ ਥੋੜ੍ਹਾ ਆਰਾਮ ਕਰ ਲੈ ਪੂਰੇ ਦਿਨ ਦੀ ਮਰਦੀ ਪਈ ਰਾਤ ਦਾ ਪ੍ਰਸ਼ਾਦਾ ਨਾ ਕੋਈ ਗੱਲ ਨਹੀਂ ਬੇਟਾ ਸਵੇਰ ਦੀ ਮਰਦੀ ਪਈ ਹੈ ਜਾ ਹੁਣ ਥੋੜ੍ਹਾ ਆਰਾਮ ਕਰ ਅਤੇ ਆਰਾਮ ਕਰਕੇ ਹੁਣ ਆ ਜਾਈ ਘੰਟਾ ਦੋ ਘੰਟੇ ਲੱਖ ਲਾ ਲੈ ਆ ਕਰ ਲਏਗੀ ਉਹ ਕਰ ਲਏਗੀ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਤੂੰ ਜਾ ਆਰਾਮ ਕਰ ਇਹ ਫੀਲਿੰਗ ਧੀ ਵਾਸਤੇ ਸੀ ਉਹ ਫੀਲਿੰਗ ਨੂੰ ਵਾਸਤੇ ਜਾਈਦੀ ਆ ਕੋ ਸਤਨਾਮ ਇਹ ਗ੍ਰਸਤ ਮਾਰਗ ਦੀ ਸਾਧ ਸੰਗਤ ਬੁਨਿਆਦੀ ਸੋਚਾਂ ਨੇ ਬੁਨਿਆਦੀ ਸੋਚ ਇਹ ਸੋਚਾਂ ਜੇ ਪ੍ਰਪੱਕ ਰਹਿਣਗੀਆਂ ਨਾ ਸੁਥਰੀਆਂ ਰਹਿਣਗੀਆਂ ਤੇ ਤੇਰਾ ਗ੍ਰਸਤ ਬਹੁਤ ਸਮੂਥ ਚੱਲੇਗਾ ਆਖੋ ਸਤਨਾਮ ਹਰ ਮਾਂ ਪਿਓ ਚਾਹੁੰਦੇ ਮੇਰੀ ਧੀ ਰਾਣੀ ਵਾਂਗ ਰਾਜ ਕਰੇ ਰਾਣੀ ਵਾਂਗ ਰਾਜ ਕਰੇ ਇਹਨੂੰ ਕੋਈ ਕੌੜਾ ਬੋਲ ਨਾ ਬੋਲਿਆ ਜਾਵੇ ਮਾੜਾ ਨਾ ਬੋਲਿਆ ਜਾਵੇ ਤੇ ਆਪਣੀ ਨੂੰਹ ਨੂੰ ਤੂੰ ਕਿੱਦਾਂ ਬੋਲਦੀ ਬਸ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੋ ਸੁੱਖ ਜੋ ਮਾਣ ਜੋ ਸਨਮਾਨ ਜੋ ਪਿਆਰ ਤੂੰ ਆਪਣੀ ਧੀ ਵਾਸਤੇ ਲੋਚਦੀ ਹੈ ਉਹ ਕੁਝ ਆਪਣੀ ਨੂੰਹ ਨੂੰ ਦੇ ਕਿਉਂਕਿ ਉਹ ਵੀ ਕਿਸੇ ਦੀ ਧੀ ਹੈ ਤੇ ਉਹਦੀ ਮਾਂ ਵੀ ਉਹ ਕੁਝ ਲੋਚਦੀ ਪਈ ਹੈ ਤੇਰੇ ਤੋਂ ਆਖੋ ਸਤਨਾਮ ਸਤ ਸੰਗਤ ਆ ਮੈਨੂੰ ਨਾ ਕਿਸੇ ਨੇ ਗੱਲ ਸੁਣਾਈ ਅਖਬਾਰ ਦੇ ਚ ਕਟਿੰਗ ਆਈ ਸੀ ਇੱਕ ਸੱਸ ਆਪਣੀ ਨੂੰਹ ਨੂੰ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਪਿਆਰ ਨੂੰਹ ਸੱਸ ਨੂੰ ਬਹੁਤ ਪਿਆਰ ਕਰਦੀ ਦੋਨਾਂ ਦਾ ਬਹੁਤ ਜ਼ਿਆਦਾ ਪਿਆਰ ਲਗਾਵ ਸੀ ਦਿੱਲੀ ਪਿਆਰ ਤੇ ਇੱਕ ਵਾਰੀ ਨਾ ਉਹ ਸੱਸ ਦੀ ਸਹੇਲੀ ਕੋਈ ਆਈ ਤੇ ਦੋਨੋਂ ਸਹੇਲੀਆਂ ਗੱਲ ਕਰਦੀਆਂ ਪਈਆਂ ਉਸ ਸਹੇਲੀ ਨੇ ਗੱਲ ਕੀਤੀ ਉਸ ਸੱਸ ਨੂੰ ਉਹ ਕਹਿੰਦੇ ਦੱਸ ਕੀ ਹਾਲ ਹੈ ਤੇਰੀ ਨੂੰਹ ਦਾ ਕੀ ਹਾਲ ਹੈ ਤੇਰੀ ਨੂੰਹ ਦਾ ਇੱਦਾਂ ਪੁੱਛਦੀਆਂ ਨਾ ਸੱਸਾਂ ਆਪਸ 'ਚ ਬਹਿ ਕੇ ਕੀ ਹਾਲ ਉਹ ਕਹਿਣ ਲੱਗੀ ਕਹਿੰਦੇ ਸੱਚ ਕਵਾਂ ਕਹਿੰਦੇ ਧੀਆਂ ਮਿੱਠੇ ਦੀ ਤਰ੍ਹਾਂ ਆਉਂਦੀਆਂ ਤੇ ਨੂੰਹਾਂ ਲੂਣ ਦੀ ਤਰ੍ਹਾਂ ਆਉਂਦੀਆਂ ਇੰਨੀ ਗੱਲ ਜਦੋਂ ਬੋਲਦੀ ਪਈ ਤੇ ਉਹ ਨੂੰਹ ਨੇ ਸੁਣ ਲਿਆ ਕਮਾਲ ਹੋ ਗਈ ਐਡਾ ਮੈਂ ਪਿਆਰ ਕਰਦੀ ਹਾਂ ਐਡਾ ਸਤਿਕਾਰ ਦਿੰਦੀ ਹਾਂ ਕੋਈ ਗੱਲ ਮੈਂ ਮਾਤਾ ਜੀ ਦੀ ਟਾਲਦੀ ਨਹੀਂ ਸੱਸ ਦੀ ਮੈਂ ਟਾਲਦੀ ਪਰ ਵਾਕਈ ਧੀਆਂ ਧੀਆਂ ਹੀ ਆਉਂਦੀਆਂ
ਉਹ ਨੂੰ ਕਹਿਣ ਲੱਗੀ ਕਹਿੰਦੇ ਵਾਕੇ ਧੀਆਂ ਧੀਆਂ ਹੁੰਦੀਆਂ, ਕਹਿ ਦਿੱਤਾ ਨਾ ਕਿ ਬਈ ਧੀਆਂ ਮਿੱਠੀਆਂ ਤੇ ਨੂੰਹਾਂ ਲੂਣੀਆਂ ਲੂਣ ਵਰਗੀਆਂ। ਹੁਣ ਉਹਨੇ ਬੋਲਿਆ ਕੁਝ ਨਾ ਨੂੰਹ ਨੇ, ਨੂੰਹ ਸੁਜਾ ਕੇ ਬਹਿ ਗਈ। ਸੱਸ ਸੀ ਸਿਆਣੀ, ਪੰਜ ਸੱਤ ਦਿਨ ਹੁਣ ਉਹ ਬੁਲਾਵੇ ਤੇ ਨੂੰਹ ਚੱਜ ਨਾਲ ਬੁਲਾਵੇ ਨਾ, ਤੇ ਸੱਸ ਸਮਝ ਗਈ ਕਹਿੰਦੇ ਕੋਈ ਗੱਲ ਹੈ। ਉਹਨੇ ਬਿਠਾਇਆ ਕਹਿੰਦੇ ਬੇਟਾ ਕੀ ਹੋਇਆ, ਜੇ ਤੇਰੀ ਬੋਲੀ ਦੇ ਵਿੱਚ ਤੇਰੇ ਵਰਤਾਰੇ ਦੀ ਫਰਕ ਪੈ ਰਿਹਾ, ਕਿਉਂ? ਕਹਿੰਦੇ ਮੰਮਾ ਮੈਂ ਤੁਹਾਡੀ ਆਹ ਗੱਲ ਸੁਣੀ, ਸਾਡਾ ਕਿੱਡਾ ਪਿਆਰ ਹੈ, ਤੁਸੀਂ ਮੇਰੀ ਇੱਕ ਇੱਕ ਚੀਜ਼ ਦਾ ਖਿਆਲ ਰੱਖਦੇ ਹੋ, ਮੇਰੀ ਨਿੱਕੀ ਨਿੱਕੀ ਖੁਸ਼ੀ ਦਾ ਖਿਆਲ ਰੱਖਦੇ ਹੋ, ਨਿੱਕੀ ਨਿੱਕੀ ਖੁਸ਼ੀ ਦਾ। ਮੇਰੇ ਵੱਲੋਂ ਵੀ ਇਹ ਉਦਮ ਹੁੰਦਾ ਕਿ ਮੈਂ ਤੁਹਾਡੀ ਨਿੱਕੀ ਨਿੱਕੀ ਖੁਸ਼ੀ ਦਾ ਖਿਆਲ ਰੱਖਾਂ, ਪਰ ਮੰਮਾ ਤੁਸੀਂ ਆਹ ਗੱਲ ਕਿਉਂ ਕਹਿ ਦਿੱਤੀ ਵੀ ਧੀਆਂ ਮਿੱਠੇ ਦੀ ਤਰ੍ਹਾਂ ਆਉਂਦੀਆਂ ਤੇ ਨੂੰਹਾਂ ਲੂਣ ਦੀ ਤਰ੍ਹਾਂ ਆਉਂਦੀਆਂ? ਕਹਿੰਦੇ ਬੇਟਾ ਇੰਨੀ ਗੱਲ ਸੁਣ ਕੇ ਤੂੰ ਨਾਰਾਜ਼ ਹੋ ਗਈ ਹੈ, ਔਖੀ ਹੋ ਗਈ। ਕਹਿੰਦੇ ਬੈਠ ਇੱਥੇ। ਕਹਿੰਦੇ ਧੀਆਂ ਮਿੱਠੇ ਦੀ ਤਰ੍ਹਾਂ ਆਉਂਦੀਆਂ, ਕਹਿੰਦੇ ਮਿੱਠਾ ਜਿਹੜਾ ਆਉਂਦਾ ਉੱਪਰ ਉੱਪਰ ਰਹਿ ਜਾਂਦਾ ਉੱਪਰ ਉੱਪਰ, ਤੇ ਮਿੱਠਾ ਬਹੁਤਾ ਖਾਧਾ ਵੀ ਨਹੀਂ ਜਾਂਦਾ। ਆਖੋ ਸਤਨਾਮ। ਤੇ ਬੇਟਾ ਮਿੱਠੇ ਬਿਨਾਂ ਰਿਹਾ ਜਾ ਸਕਦਾ, ਔਰ ਇੱਕ ਗੱਲ ਧਿਆਨ ਰੱਖੀ, ਲੂਣ ਦੇ ਬਿਨਾਂ ਰਿਹਾ ਨਹੀਂ ਜਾ ਸਕਦਾ, ਔਰ ਲੂਣ ਦਾ ਇੱਕ ਸੁਭਾਅ ਅੰਦਰ ਤੱਕ ਜਾ ਕੇ ਰਚ ਵਿੱਚ ਜਾਂਦਾ ਹੈ। ਆਖੋ ਸਤਨਾਮ। ਰਚ ਵਿੱਚ ਜਾਂਦਾ। ਧੀਆਂ ਨੀ, ਕਹਿੰਦਾ ਧੀਆਂ ਮਿੱਠੀਆਂ ਨੇ, ਉੱਪਰ ਉੱਪਰ ਰਹਿੰਦੀਆਂ ਨੇ, ਤੁਰ ਜਾਂਦੀਆਂ ਨੇ। ਕਹਿੰਦਾ ਧੀਆਂ ਦਾ ਕਿਆ ਕਹਿਣਾ। ਤੇ ਬੇਟਾ ਮਿੱਠਾ ਖਾ ਖਾ ਕੇ ਕਿੰਨਾ ਖਾ ਲੇਗੀ, ਮਿੱਠੇ ਬਿਨਾਂ ਤਾਂ ਫਿਰ ਰਹਿ ਜਾਏਗੀ। ਬੰਦਾ ਰਹਿ ਸਕਦਾ ਲੂਣ ਬਿਨਾਂ? ਰਹਿ ਜਾਏਗਾ? ਨਹੀਂ ਰਹਿ ਸਕਦਾ। ਮੈਂ ਧੀ ਬਿਨਾਂ ਤਾਂ ਰਹਿ ਸਕਦੀ ਹਾਂ ਬੇਟਾ, ਗਲਵਕੜੀ 'ਚ ਲੈ ਕੇ ਕਹਿਣ ਲੱਗੀ, ਤੇਰੇ ਬਿਨਾਂ ਨਹੀਂ ਰਹਿ ਸਕਦੀ ਹਾਂ। ਆਖੋ ਸਤਨਾਮ। ਕਿਉਂਕਿ ਤੂੰ ਲੂਣ ਹੈ, ਹਰ ਥਾਂ 'ਤੇ ਤੇਰੀ ਲੋੜ ਹੈ। ਮਿੱਠੇ ਦੀ ਹਰ ਥਾਂ 'ਤੇ ਲੋੜ ਨਹੀਂ ਹੁੰਦੀ, ਲੂਣ ਦੀ ਹਰ ਥਾਂ 'ਤੇ ਲੋੜ ਹੁੰਦੀ ਹੈ, ਭਾਵੇਂ ਥੋੜ੍ਹਾ ਭਾਵੇਂ ਵੱਧ। ਆਖੋ ਸਤਨਾਮ। ਇਹ ਇੱਕ ਆਪਣੀ ਰਿਸਪੋਂਸੀਬਿਲਟੀ ਸਮਝੋ, ਰਿਸਪੋਂਸੀਬਿਲਟੀ ਸਮਝੋ ਕਿ ਧੀ ਨੂੰ ਕਿੱਦਾਂ ਰੱਖਣਾ, ਨੂੰਹ ਨੂੰ ਕਿੱਦਾਂ ਰੱਖਣਾ। ਮੈਂ ਇੱਕ ਗੱਲ ਕਹਿ ਦੇ, ਅੱਜ ਜਿਹੜੇ ਸਾਧ ਸੰਗਤ ਘਰ ਦੇ 'ਚ ਕਲੇਸ਼ ਪੈ ਰਹੇ ਨੇ, ਵਿਤਕਰੇ ਪੈ ਰਹੇ ਨੇ, ਕਿਉਂ? ਸਾਡੇ ਸਿੱਖਾਂ ਦੇ ਵਿੱਚ ਆਨੰਦ ਕਾਰਜ ਹੈ ਤਲਾਕ ਨਹੀਂ ਹੈ। ਧਿਆਨ ਦੇਣਾ ਮੇਰੀ ਬੇਨਤੀ, ਜੇ ਸਾਡੇ ਸਿੱਖਾਂ 'ਚ ਆਨੰਦ ਕਾਰਜ ਤਲਾਕ ਨਹੀਂ ਹੈ। ਆਪਿੰਦਰਪਾਲ ਸਿੰਘ ਜੀ ਦੀ ਦਾਸ ਨੇ ਕਥਾ ਸੁਣੀ ਜੀ, ਕੁਝ ਦਿਨ ਪਹਿਲੇ ਗੁਰਦੁਆਰਾ ਸਾਹਿਬ ਆਏ ਸਨ ਈ ਬਲੋਕ ਦੇ। ਬੜੀ ਉਹਨਾਂ ਨੇ ਨਿੱਕੀ ਜਿਹੀ ਗੱਲ ਕੀਤੀ ਪਰ ਬੜੀ ਵਜਨ ਵਾਲੀ ਗੱਲ ਸੀ। ਕਹਿੰਦੇ ਮੇਰੇ ਕੋਲ ਨਾ ਇੱਕ ਜੱਜ ਆਏ, ਕੋਈ ਉਹਨਾਂ ਨੇ ਵਿਚਾਰ ਕਰਨੀ ਸੀ, ਉਹ ਜੱਜ ਸਨ ਤੇ ਸਿਗੇ ਗੁਰਮੁਖ। ਕਹਿੰਦੇ ਉਸ ਜੱਜ ਸਾਹਿਬ ਨੇ ਗੱਲ ਸੁਣਾਈ ਪਿੰਦਰਪਾਲ ਸਿੰਘ ਜੀ ਨੂੰ, ਕਹਿੰਦੇ ਭਾਈ ਸਾਹਿਬ ਮੈਂ ਇੰਨਾ ਵੇਖ ਵੇਖ ਕੇ ਦੁਖੀ ਹੁੰਦਾ ਕਿ ਇੰਨੇ ਕੇਸ ਅੱਜ ਤਲਾਕ ਦੇ ਆ ਰਹੇ ਨੇ, ਇੰਨੇ ਕੇਸ ਤਲਾਕ ਦੇ ਆ ਰਹੇ ਨੇ। ਕਹਿੰਦੇ ਮੈਂ ਸੋਚ ਸੋਚ ਕੇ ਹੈਰਾਨ ਹੁੰਦਾ ਵਾਂ, ਜੇ ਇਹਨਾਂ ਦੇ ਘਰ ਗੁਰਮਤ ਹੁੰਦੀ, ਜੇ ਇਹਨਾਂ ਦੇ ਘਰ ਗੁਰੂ ਦੀ ਮੱਤ ਹੁੰਦੀ, ਗੁਰੂ ਦੀ ਮੱਤ ਅਨੁਸਾਰ ਤੁਰੇ ਹੁੰਦੇ, ਆਪਣੀ ਆਪਣੀ ਰਿਸਪੋਂਸੀਬਿਲਟੀਜ਼ ਨੂੰ ਇਹਨਾਂ ਨੇ ਸਮਝਿਆ ਹੁੰਦਾ, ਅੱਜ ਕਚਹਿਰੀਆਂ ਦੇ ਵਿੱਚ ਇਹਨਾਂ ਦਾ ਆ ਰਿਸ਼ਤਾ ਰੁਲਦਾ ਪਿਆ ਨਾ ਹੁੰਦਾ। ਆਖੋ ਸਤਨਾਮ। ਰਿਸ਼ਤਾ ਰੁਲਦਾ ਨਾ ਹੁੰਦਾ। ਉਹ ਜੱਜ ਕਹਿੰਦੇ ਨੇ, ਕਹਿੰਦੇ ਮੈਂ ਵੇਖ ਕੇ ਹੈਰਾਨ ਹੋ ਗਿਆ, ਬਹੁਤਾਤ ਕੇਸ ਅੱਜ ਕਚਹਿਰੀ ਦੇ ਵਿੱਚ ਤਲਾਕ ਦੇ ਆ ਰਹੇ ਨੇ। ਤਲਾਕ ਕਿਉਂ?
ਖਾਸ ਸੰਗਤ ਇਸ ਕਰਕੇ ਆ ਰਹੇ ਨੇ, ਅੱਜ ਉਹ ਗੁਣ ਹੀ ਨਹੀਂ ਹੈ, ਉਹ ਗੁਣ ਹੀ ਨਹੀਂ ਹੈ ਜਿਸ ਗੁਣ ਦੇ ਕਰਕੇ ਤੂੰ ਇਸ ਰਿਹਰਸਲ ਦੇ ਵਿੱਚ ਪਾਸ ਹੋਣਾ ਸੀ, ਗ੍ਰਸਤੀ ਰੂਪੀ ਰਿਹਰਸਲ ਦੇ ਵਿੱਚ ਤੂੰ ਪਾਸ ਹੋਣਾ ਸੀ। ਉਹ ਗੁਣ ਗ੍ਰਹਿਣ ਕਰ ਲੈਂਦੀ ਬੀਬਿਆ, ਉਹ ਗੁਣ ਗ੍ਰਹਿਣ ਕਰ ਲੈਂਦਾ ਗੁਰਮੁਖਾ, ਸੱਚਾਈ ਹੈ ਤੂੰ ਇੱਥੋਂ ਵੀ ਪਾਸ ਹੋ ਜਾਂਦਾ, ਉੱਥੋਂ ਵੀ ਪਾਸ ਹੋ ਜਾਂਦਾ। ਕੋ ਸਤਨਾਮ ਜਾਏ ਪੁੱਛੋ ਸੁਹਾਗਣੀ, ਜਾਏ ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਬਾਤੀ ਸ਼ੋ ਪਾਈ ਹੈ, ਵਾਹੇ ਕਿੰਨੀ ਬਾਤੀ ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ। ਗ੍ਰਸਤ ਐਡਜਸਟਮੈਂਟ ਦਾ ਨਾਮ ਹੈ, ਧਿਆਨ ਦੇਣਾ। ਜਿਸ ਗ੍ਰਸਤੀ ਦੇ ਵਿੱਚ ਐਡਜਸਟਮੈਂਟ ਨਹੀਂ ਹੈ ਨਾ, ਉਹ ਗ੍ਰਸਤੀ ਫੇਲ ਹੈ। ਭਾਵੇਂ ਐਡਜਸਟਮੈਂਟ ਸੱਸ ਨੂੰਹ ਦੀ ਹੈ, ਬਾਪ ਪੁੱਤ ਦੀ ਹੈ, ਮਾਂ ਪੁੱਤ ਦੀ ਹੈ, ਮਾਂ ਧੀ ਦੀ ਹੈ, ਐਡਜਸਟਮੈਂਟ ਹੈ ਅਤੇ ਗ੍ਰਸਤੀ ਹੈ। ਐਡਜਸਟਮੈਂਟ ਨਹੀਂ ਤੇ ਕੁਝ ਵੀ ਨਹੀਂ। ਅੱਜ ਜਿਹੜੀ ਨੂੰਹ ਘਰ ਦੇ ਵਿੱਚ ਆਈ, ਮੇਰੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ, ਨੂੰਹ ਬਣ ਕੇ ਘਰ ਆਈ, ਸਹੁਰੇ ਘਰ ਦੇ ਵਿੱਚ ਰਹਿ ਕੇ ਪੇਕੇ ਘਰ ਦਾ ਖਿਆਲ ਰਹਿੰਦਾ ਨਾ ਜੀ। ਮੇਰੀ ਭਰਜਾਈ ਮੇਰੇ ਮਾਂ ਬਾਪ ਦਾ ਸਨਮਾਨ ਕਰੇ, ਜਦੋਂ ਸਨਮਾਨ ਨਹੀਂ ਕਰਦੀ ਤੇਰੀ ਭਰਜਾਈ, ਬੜੇ ਧਿਆਨ ਨਾਲ ਸੁਣਿਓ, ਜਦੋਂ ਤੇਰੀ ਭਰਜਾਈ ਮਾਂ ਬਾਪ ਦਾ ਸਨਮਾਨ ਨਹੀਂ ਕਰਦੀ, ਉੱਚਾ ਬੋਲਦੀ, ਉਹਨਾਂ ਅੱਗੇ ਜਵਾਨ ਖੋਲਦੀ, ਦੁੱਖ ਲੱਗਦਾ ਨਾ ਤੈਨੂੰ, ਦੁੱਖ ਲੱਗਦਾ। ਜੇ ਤੂੰ ਚਾਹੁੰਦੀ ਹੈ ਮੇਰੀ ਭਰਜਾਈ ਮੇਰੇ ਮਾਂ ਬਾਪ ਨੂੰ, ਮੇਰੇ ਮੰਮੀ ਡੈਡੀ ਨੂੰ ਸਨਮਾਨ ਦੇਵੇ, ਸਤਿਕਾਰ ਦੇਵੇ, ਤੇ ਉਹ ਸੱਚ ਜੇ ਤੂੰ ਜਿਹਦੀ ਭਰਜਾਈ ਹੈ ਨਾ, ਉਹ ਵੀ ਇਹੀ ਚਾਹਤ ਰੱਖਦੀ ਹੈ ਤੇਰੇ ਤੋਂ ਕਿ ਤੂੰ ਵੀ ਆਪਣੇ ਸੱਸ ਸਹੁਰੇ ਨੂੰ, ਆਪਣੇ ਮਾਂ ਬਾਪ ਨੂੰ ਜਿਹੜੇ ਇੱਧਰ ਸੱਸ ਸਹੁਰੇ ਬਣੇ ਨੇ ਤੇਰੇ, ਇਹਨਾਂ ਨੂੰ ਤੂੰ ਵੀ ਸਤਿਕਾਰ ਦੇ। ਆਖੋ ਸਤਨਾਮ, ਸਤਿਕਾਰ ਦੇ। ਹਰ ਧੀ ਚਾਹੁੰਦੀ ਕਿ ਮੇਰੇ ਮਾਂ ਬਾਪ ਦੀ ਸੇਵਾ ਹੋਵੇ, ਮੇਰੀ ਭਰਜਾਈ ਸੇਵਾ ਕਰੇ, ਉਹਨਾਂ ਦੀ ਕੋਈ ਚੀਜ਼ ਦੀ ਲੋੜ ਹੈ ਉਹਨਾਂ ਨੂੰ ਲੈ ਕੇ ਦੇਵੇ, ਤਰਸਾਵੇ ਨਾ, ਉਹਨਾਂ ਨੂੰ ਦੁਖੀ ਨਾ ਕਰੇ। ਤੇ ਤੂੰ ਆਪਣੇ ਤੇ ਝਾਤੀ ਮਾਰ ਕੇ ਦੇਖ ਮੇਰੀਆਂ ਭੈਣੇ, ਇਹ ਜ਼ਿੰਮੇਵਾਰੀ ਤੂੰ ਨਿਭਾਉਂਦੀ ਪਈ ਹੈ, ਇਹ ਜ਼ਿੰਮੇਵਾਰੀ ਤੂੰ ਨਿਭਾ ਰਹੀ ਹੈ। ਜੇ ਤੂੰ ਚਾਹੁੰਦੀ ਹੈ ਕਿ ਮੇਰੀ ਭਰਜਾਈ
ਮੇਰੇ ਮਾਂ ਬਾਪ ਦੀ ਸੇਵਾ ਕਰੇ, ਉਹਨਾਂ ਨੂੰ ਤਰਸਾਵੇ ਨਾ, ਉਹਨਾਂ ਨੂੰ ਜੋ ਚੀਜ਼ ਦੀ ਲੋੜ ਹੈ ਲੈ ਕੇ ਦੇਵੇ, ਖੁਸ਼ ਰੱਖੇ। ਤੇ ਸੱਚਾਈ ਹੈ, ਜਿੱਥੇ ਤੂੰ ਬੈਠੀ ਹੈ ਨਾ, ਤੈਨੂੰ ਵੀ ਇਹ ਕੰਮ ਕਰਨਾ ਪਏਗਾ। ਜਿਹਦੀ ਤੂੰ ਭਰਜਾਈ ਹੈ, ਇਸ ਘਰ ਦੀ ਧੀ ਨੇ ਵੀ ਇਹ ਸੁਪਨੇ ਸੰਜੋਏ ਹੋਣਗੇ ਕਿ ਜਿਹੜੀ ਮੇਰੀ ਭਰਜਾਈ ਹੈ ਉਹ ਵੀ ਮੇਰੇ ਮਾਂ ਬਾਪ ਦਾ ਧਿਆਨ ਰੱਖੇ। ਆਖੋ ਸਤਨਾਮ। ਤੇ ਤੈਨੂੰ ਧਿਆਨ ਰੱਖਣਾ ਪੈਣਾ। ਜੇ ਤੂੰ ਚਾਹੁੰਦੀ ਹੈ ਆਪਣੇ ਮਾਂ ਬਾਪ ਲਈ, ਇਹਨਾਂ ਨੂੰ ਆਪਣਾ ਮਾਂ ਬਾਪ ਬਣਾ ਲੈ। ਮੈਂ ਸੱਚ ਕਹਿ ਰਿਹਾ ਜੀ। ਕਿਉਂ? ਮੈਂ ਤਾਂ ਇੱਕ ਗੱਲ ਕਹਿਣਾ ਜੀ, ਆਪਾਂ ਗੁਰਬਾਣੀ ਨੂੰ ਕਿਉਂ ਨਹੀਂ ਸਮਝਿਆ, ਕਨਸੈਪਟ ਨੂੰ ਕਿਉਂ ਨਹੀਂ ਸਮਝਿਆ? ਦਾਸ ਦੇ ਕੋਲ ਕੋਈ ਗੁਰਮੁਖ ਪਿਆਰੇ ਆਏ, ਉਹਨਾਂ ਦਾ ਨਾ ਵਿਆਹ ਹੋਇਆ ਸੀ ਨਵਾਂ ਨਵਾਂ, ਤੇ ਉਹਨਾਂ ਦੇ ਮਾਂ ਬਾਪ ਨੇ ਕਿਹਾ ਸੀ, ਕਹਿੰਦੇ ਜੀ ਥੋੜ੍ਹਾ ਸਮਾਂ ਚਾਹੀਦਾ। ਮੈਂ ਕਹੀ ਸੱਤ ਹੈ। ਆਪਾਂ ਬਹਿ ਗਏ ਸਾਰੇ ਇਕੱਠੇ, ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਮੁੰਡੇ ਦੇ ਮਾਪੇ, ਮੁੰਡਾ ਆਪ, ਉਹਦੀ ਘਰ ਵਾਲੀ, ਉਧਰੋਂ ਬੱਚੀ ਦੀ ਮਾਂ ਪਿਓ ਤੇ ਭੈਣ ਭਰਾ ਜੇ ਵੀ ਜਿਹੜੇ ਉਹਦੇ ਸੀਗੇ, ਸਾਰੇ ਇਕੱਠੇ ਹੋ ਕੇ ਆਏ ਸੀ ਦੋਨੋਂ ਪਰਿਵਾਰ। ਤੇ ਮੈਨੂੰ ਨਾ ਬੱਚੀ ਦੀ ਮਾਂ ਉਹ ਕਹਿਣ ਲੱਗੀ, ਕਹਿੰਦੇ ਵੀਰ ਜੀ ਆ ਬੱਚੀ ਨੂੰ ਕੋਈ ਸਿੱਖਿਆ ਦਿਓ, ਨਵਾਂ ਨਵਾਂ ਵਿਆਹ ਹੋਇਆ ਸੀ, ਕਹਿੰਦਾ ਕੋਈ ਸਿੱਖਿਆ? ਮੈਂ ਕਿਹਾ ਸਿੱਖਿਆ ਤਾਂ ਆਪ ਜੀ ਨੇ ਦਿੱਤੀਆਂ ਹੋਣੀਆਂ। ਕਹਿੰਦੇ ਨਹੀਂ, ਆਪ ਜੀ ਕੋਈ ਰਾਹ ਪਾਓ। ਤੇ ਮੈਂ ਬੱਚੀ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਬੇਟਾ ਇੱਕੋ ਪੰਗਤੀ ਤੇ ਪੈਰਾ ਦਈ, ਇੱਕੋ ਪੰਗਤੀ ਤੇ। ਪਤਾ ਕਿਹੜੀ ਪੰਗਤੀ ਸੀ? ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੇਂਡੇ ਲਾ ਗਈ। ਮੈਂ ਕਿਹਾ ਬੇਟਾ ਇਸ ਪੰਗਤੀ ਤੇ ਪਹਿਰਾ ਦੇ ਦੇਈ, ਬਸ ਤੇਰਾ ਜਿਹੜਾ ਗ੍ਰਸਤ ਆਸ਼ਰਮ ਹੈ ਇਹ ਸਫਲਾ ਹੋ ਜੂ। ਇੱਕੋ ਪੰਗਤੀ ਦੇ ਪਹਿਰਾ ਦੇ ਦੇਈ, ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੇਂਡੇ ਲਾ ਗਈ। ਤੇ ਬੱਚੀ ਦੀ ਮਾਂ ਕਹਿਣ ਲੱਗੀ, ਕਹਿੰਦੇ ਜੀ ਦੇ ਅਰਥ ਕੀ ਹੋਏ? ਮੈਂ ਕਿਹਾ ਮੈਂ ਬੇਟੀ ਦੇ ਨਾਲ ਗੱਲ ਕਰ ਰਿਹਾ, ਮੈਂ ਕਿਹਾ ਬੇਟਾ ਇਸ ਪੰਗਤੀ ਦੇ ਅਰਥ ਨਹੀਂ, ਆਹ ਜਿਹੜੇ ਮਾਪੇ ਬੈਠੇ ਨੇ ਨਾ, ਹੱਬੇ ਸਾਖ ਕੁੜਾਵੇ ਡਿੱਠੇ। ਆਖੋ ਸਤਨਾਮ। ਇਹ ਕੁੜਾਵੇ ਹੋ ਗਏ, ਉੱਦਾਂ ਤਾਂ ਇਹਦੇ ਅਰਥ ਪੰਗਤੀ ਦੇ ਬਣਦੇ ਨੇ ਕਿ ਇਹ ਦੁਨੀਆ ਦੇ ਜਿਤਨੇ ਸਾਖ ਸੰਬੰਧੀ ਸਭ ਰਿਸ਼ਤੇ ਮੈਂ ਸਾਰੇ ਕੁੜਾਵੇ ਕੀਤੇ ਤੋ ਪੱਲੇ ਤੇਂਡੇ ਲਾਗੀ, ਹੇ ਰੱਬਾ ਤਾਂ ਮੈਂ ਤੇਰੇ ਨਾਲ ਲੱਗੀ ਹਾਂ। ਪਰ ਸਾਹਿਬ ਨੇ ਇਹਨੂੰ ਗ੍ਰਸਤ ਆਸ਼ਰਮ ਦੇ ਨਾਲ ਵੀ ਆਪਾਂ ਜੋੜ ਸਕਦੇ ਹਾਂ। ਜੇ ਬੱਚੀ ਬੋਲ ਦੇਵੇ ਨਾ ਹੱਬੇ ਸਾਖ ਕੁੜਾਵੇ ਡਿੱਠੇ, ਪਹਿਲੇ ਮੈਂ ਸਾਰੇ ਪਿਛਲੇ ਰਿਸ਼ਤਿਆਂ ਨੂੰ ਕੁੜਾਵਾ ਕਰ ਦਿੱਤਾ, ਕੁੜਾਵਾ ਕੂੜ ਨੇ ਮੇਰੇ ਲਈ, ਹੁਣ ਉਹ ਸੱਚ ਨਹੀਂ, ਹੁਣ ਜਿੱਥੇ ਵਿਆਹੀ ਗਈ ਆ ਆ ਸੱਚ ਹੈ ਮੇਰੇ ਲਈ। ਇਹ ਪਹਿਲ ਹੈ, ਉਹ ਦੂਲ ਹੈ, ਇੱਥੇ ਮੈਂ ਪ੍ਰਾਇਓਰਟੀ ਦੇਣੀ ਹੈ, ਸੈਕੰਡਰੀ ਉਹ ਰਹਿ ਗਿਆ। ਪਰ ਅੱਜ ਕਲੇਸ਼ ਕਿਉਂ ਨੇ ਘਰ ਦੇ ਵਿੱਚ? ਕਿਉਂ ਕਲੇਸ਼ ਨੇ? ਅੱਜ ਕਿਉਂ ਤਲਾਕ ਤੱਕ ਨੌਬਤ ਜਾ ਰਹੀ ਹੈ? ਅੱਜ ਹੋਇਆ ਇਹ ਪਿਆ, ਜਿੱਥੇ ਵਿਆਹੀ ਜਾਂਦੀ ਹੈ ਉਹ ਤਾਂ ਸੈਕੰਡਰੀ ਕਰ ਦਿੰਦੀ ਹੈ, ਅਤੇ ਜਿਹੜੇ ਪਿੱਛੋਂ ਆਈ ਹੈ ਉਹਨੂੰ ਪਹਿਲ ਹੀ ਰੱਖਦੀ ਆ। ਆਖੋ ਸਤਨਾਮ। ਉਹਨੂੰ ਪਹਿਲ ਹੀ ਰੱਖਦੀ। ਔਰ ਇਹਦੇ 'ਚ ਸਭ ਤੋਂ ਜ਼ਿਆਦਾ ਕਸੂਰ ਹੁੰਦਾ ਮਾਵਾਂ ਦਾ, ਮਾਵਾਂ ਦਾ। ਸਚੁੱਚੀਆਂ ਮਾਵਾਂ ਅਗਰ ਗਿਆਨ ਦੇ ਦੇਣ ਨਾ ਧੀ ਨੂੰ ਕਿ ਬੇਟਾ ਜਾ ਰਹੀ ਹੈ ਨਾ, ਬਸ ਉਹ ਤੇਰਾ ਘਰ ਹੀ, ਸੱਸ ਨੂੰ ਸੱਸ ਨਾ ਸਮਝੀ, ਹਾਂ ਸਮਝੀ, ਸਹੁਰੇ ਨੂੰ ਸਹੁਰਾ ਨਾ ਸਮਝੀ, ਪਿਓ ਸਮਝੀ। ਜਿਹੜਾ ਇਹ ਗਿਆਨ ਦਿੰਦੀ, ਹੁੰਦਾ ਕੀ ਹੈ, ਮਾੜਾ ਜਿਹਾ ਇੱਥੇ ਤੱਤੀ ਸੇਕ ਲੱਗੀ। ਹਾਂਜੀ, ਇੱਕ ਗੱਲ ਧਿਆਨ ਰੱਖਣਾ, ਘੱਟੋ ਘੱਟ 2 ਸਾਲ ਐਡਜਸਟਮੈਂਟ ਨੂੰ ਲੱਗ ਜਾਂਦੇ ਨੇ। ਆਖੋ ਸਤਨਾਮ। ਮੈਂ ਥੋੜ੍ਹੀ ਜਿਹੀ ਗੱਲ ਪ੍ਰੈਕਟੀਕਲ ਕਰਨ ਲੱਗਾ। ਅੱਜ ਬੱਚੀ ਦਾ ਵਿਆਹ ਹੋਇਆ, ਦੇਖੋ ਕਿਤੇ ਵੀ ਤੁਸੀਂ ਦੇਖ ਲੈਣਾ, ਘੱਟੋ ਘੱਟ 2 ਸਾਲ ਐਡਜਸਟਮੈਂਟ ਨੂੰ ਚਾਹੀਦੇ ਹੁੰਦੇ, 2 ਸਾਲ।
ਅਸੀਂ ਇੰਨੇ ਕਾਹਲੇ ਪੈ ਜਾਂਦੇ ਹਾਂ, 6 ਮਹੀਨੇ ਦੇ ਅੰਦਰ ਅੰਦਰ ਨਹੀਂ ਦਿਸਣ ਡਈ, ਆ ਜਾ ਵਾਪਸ, ਆ ਜਾ, ਆ ਜਾ ਵਾਪਸ, ਆ ਜਾ, ਹੱਦ ਹੋ ਗਈ। ਘੱਟੋ ਘੱਟ 2 ਸਾਲ, ਘੱਟੋ ਘੱਟ 2 ਸਾਲ ਚਾਹੀਦੇ ਨੇ ਐਡਜਸਟਮੈਂਟ ਨੂੰ। ਉਹ ਟਾਈਮ ਤੁਹਾਨੂੰ ਦੇਣਾ ਪਏਗਾ, ਉੱਧਰ ਸੁਭਾਅ ਨੂੰ ਸਮਝਣਾ ਪਏਗਾ, ਆਪਣੇ ਸੁਭਾਅ ਨੂੰ ਸਮਝਾਉਣਾ ਪਏਗਾ। ਇੰਨਾ ਸਮਾਂ ਤਾਂ ਸਤਸੰਗ ਚਾਹੀਦਾ ਹੈ, ਚਾਹੀਦਾ। ਹੁਣ ਇੱਕ ਧੀ ਆਪਣੇ ਸਹੁਰੇ ਘਰ ਦੁਖੀ ਹੈ, ਦੁਖੀ ਔਖੀ ਹੈ, ਮਾਂ ਆ ਗੁਣ ਦੇ ਕਿ ਬੇਟਾ ਅੰਮ੍ਰਿਤ ਵੇਲਾ ਸੰਭਾਲ, ਨਿਤਨੇਮ ਸੰਭਾਲ, ਸੰਭਾਲ ਨਿਤਨੇਮ, ਗੁਰੂ ਅੱਗੇ ਕਰ ਬੇਨਤੀ, ਇੰਨੀਆਂ ਜੋਦੜੀਆਂ ਲਾ ਗੁਰੂ ਅੱਗੇ ਕਿ ਗੁਰੂ ਤੇਰੇ ਪਰਿਵਾਰ ਦੇ ਜੀਆਂ ਦਾ ਸੁਭਾਅ ਬਦਲੇਗਾ, ਬੁੱਧੀ ਪਲਟੇਗਾ। ਔਰ ਸੱਚਾਈ ਇਹੀ ਹੁੰਦਾ ਜੇ ਆਖੋ ਸਤਨਾਮ, ਇਹੀ ਹੁੰਦਾ। ਜੇ ਉਹ ਬੱਚੀ ਘਰ ਬਹਿ ਕੇ ਨਿਤਨੇਮ ਤੇ ਪੱਕੀ ਰਵੇ, ਨਿਤਨੇਮ ਤੇ ਪੱਕੀ ਰਵੇ, ਬਾਣੀ ਤੇ ਪੱਕੀ ਰਵੇ, ਅੰਮ੍ਰਿਤ ਵੇਲੇ ਤੇ ਪੱਕੀ ਰਵੇ ਨਾ, ਔਰ ਬੇਨਤੀਆਂ ਰੋਜ਼ ਲਾਈ ਜਾਵੇ ਸੱਚੇ ਪਾਤਸ਼ਾਹ, ਇਸ ਕਰਕੇ ਮੈਂ ਪਰੇਸ਼ਾਨ ਹਾਂ, ਕਿਰਪਾ ਕਰੋ ਮੈਨੂੰ ਇੱਥੇ ਮਾਨ ਸਨਮਾਨ ਪਿਆਰ ਇੱਜ਼ਤ ਸ਼ੌਹਰਤ ਮੈਨੂੰ ਸਭ ਕੁਝ ਮਿਲੇ। ਉਹ ਤੇਰੀ ਬਾਣੀ ਪੜੀ ਨੇ ਰੰਗ ਲਿਆਣਾ ਜੇ ਆਖੋ ਸਤਨਾਮ, ਰੰਗ ਮੈਂ ਇਹੀ ਬੇਨਤੀ ਹੱਥ ਬੰਨ ਕੇ ਕਰਨ ਲੱਗਾ ਜੀ, ਧੀਆਂ ਦਾ ਘਰ ਖਰਾਬ ਨਾ ਕਰਿਆ ਕਰ, ਪੁੱਠੀਆਂ ਸਿੱਧੀਆਂ ਮਤਾਂ ਦੇ ਕੇ, ਮਤ ਦੇਣੀ ਨਾ ਤੇ ਗੁਰ ਮਤ ਦਿਓ, ਉਹਨਾਂ ਨੂੰ ਗੁਰੂ ਦੀ ਮਤ ਦਿਓ, ਬੇਟਾ ਕੋਈ ਗੱਲ ਨਹੀਂ, ਕੋਈ ਸਹਾਰੋ ਸਹਾਰੋ, ਪਬਾ ਭਲਾ ਜੀ, ਪਬਾ ਭੁੱਲ ਗਈ ਜੀ, ਪਬਾ ਭਾਣਾ ਜੀ, ਸਹਾਰੋ ਬੇਟਾ, ਜੇ ਸਹਾਰ ਗਈ ਦੱਸ। ਕਈ ਵਾਰੀ ਵੇਖਦਾ ਤੁਹਾਡੇ ਵਿੱਚੋਂ ਹੀ, ਹੁਣ ਤੁਸੀਂ ਆਪਣੇ 'ਚ ਦੇਖ ਲਓ, ਅੱਜ ਤੁਹਾਡੀ ਉਮਰ ਅਗਰ 50 ਦੀ ਹੋਈ ਹੈ, 52 ਦੀ ਹੋਈ ਹੈ, ਜਾਂ 48 ਦੀ ਹੋਈ ਹੈ, ਜਾਂ 55 ਦੀ ਹੋਈ ਹੈ, ਤੁਸੀਂ ਜਿਸ ਦੌਰ ਤੋਂ ਲੰਘ ਕੇ ਆਏ ਹੋ ਸਕਦਾ ਤੁਸੀਂ ਬੜੇ ਔਖੇ ਦੌਰ ਤੋਂ ਲੰਘ ਕੇ ਆਏ ਹੋਵੋ, ਆਖੋ ਸਤਨਾਮ, ਲੰਘ ਕੇ ਆਏ ਹੋ, ਹਾਂਜੀ। ਅਤੇ ਜੇ ਤੁਹਾਡੇ ਪੇਕਿਆਂ ਨੇ ਤੁਹਾਨੂੰ ਸੱਦ ਲੈਂਦੇ, ਆ ਜਾ ਛੱਡ ਦਿਉ ਉਹਨੂੰ, ਔਖੀ ਬੋਲਦੀ ਤੇਰੀ ਸੱਸ, ਆ ਤੂੰ ਘਰ ਆ ਜਾ, ਅਤੇ ਤੁਹਾਡਾ ਪਰਿਵਾਰ ਤਾਂ ਰੁਲਦਾ ਪਿਆ ਹੁੰਦਾ, ਆਖੋ ਸਤਨਾਮ, ਰੁਲਦਾ ਪਿਆ ਹੁੰਦਾ। ਹਰ ਘਰ ਦੇ ਵਿੱਚ ਦੁੱਖ, ਹਰ ਘਰ 'ਚ ਸੁੱਖ, ਹਰ ਘਰ ਦੇ ਵਿੱਚ ਅਪ ਐਂਡ ਡਾਊਨਸ ਲੱਗੀਆਂ ਹੁੰਦੀਆਂ ਜੀ, ਮੈਂ ਸੱਚਾਈ ਕਹਿ ਰਿਹਾ ਜੀ। ਜਿਹੜਾ ਪੇਕਾ ਪਰਿਵਾਰ ਨਹੀਂ ਚੱਲ ਸਕਦਾ ਉਹ ਨਹੀਂ ਲੈ ਕੇ ਆਉਂਦਾ, ਮੈਂ ਸੱਚ ਕਹਿੰਦਾ, ਉਹ ਬੀਬੀ ਅੱਗੇ ਵਸੀ ਰਹਿੰਦੀ ਜੇ, ਵਸੀ ਰਹਿੰਦੀ। ਅਤੇ ਜਿਹੜਾ ਚੱਲ ਸਕਦਾ ਨਾ ਉਹ ਕਹਿ ਦਿੰਦਾ ਛੱਡ ਮੈਂ ਸਾਂਭਲਾਂਗਾ, ਆ ਜਾ। ਪਰ ਮੈਨੂੰ ਇੱਕ ਗੱਲ ਦੱਸੋ, ਧੀਆਂ ਤਾਂ ਸਹੁਰੇ ਘਰ ਹੀ ਸੋਭਦੀਆਂ ਨੇ, ਆਖੋ ਸਤਨਾਮ, ਸੋਭ। ਹਰ ਰਿਸ਼ਤੇ ਵਿੱਚ ਆਪਣੀ ਆਪਣੀ ਮਰਿਆਦਾ ਨੂੰ ਨਿਭਾਉਣ ਦੀ ਸਾਧ ਸੰਗਤ ਜੀ ਕਾਬਲੀਅਤ ਹੋਏਗੀ ਨਾ, ਜੇ ਹਰ ਰਿਸ਼ਤਾ ਸਚੁੱਚੇ ਤਰੀਕੇ ਦੇ ਨਾਲ ਨਿਭਾਇਆ ਜਾਏਗਾ, ਮਰਿਆਦਾ 'ਚ ਨਿਭਾਇਆ ਜਾਏਗਾ, ਮੈਂ ਕਹਿੰਦਾ ਉਹ ਗ੍ਰਸਤੀ ਕਦੇ ਫੇਲ ਨਹੀਂ ਹੋ ਸਕਦੀ, ਆਖੋ ਸਤਨਾਮ। ਸੱਸ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਨਿਭਾਵੇ, ਨੂੰ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਨਿਭਾਵੇ, ਸਹੁਰਾ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਨਿਭਾਵੇ, ਪੁੱਤਰ ਆਪਣੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਨਿਭਾਵੇ। ਔਰ ਸਹੀ ਤਰੀਕੇ ਨੂੰ ਨਿਭਾਉਂਦਿਆਂ ਨੂੰ ਸਾਧ ਸੰਗਤ, ਜੇ ਗ੍ਰਸਤੀ ਤੁਹਾਡੀ ਪਾਸ ਹੋ ਗਈ ਨਾ, ਪਾਸ ਹੋ ਗਈ, ਤੇ ਸੱਚ ਸਾਹਿਬ ਕਹਿਣਗੇ ਤੈਨੂੰ ਗੁਣ ਆ ਗਏ ਨੇ, ਤੂੰ ਆਹ ਗ੍ਰਸਤੀ ਨਹੀਂ ਪਾਸ ਕੀਤੀ, ਔਰ ਸੱਚ ਤੂੰ ਗਾਂ ਦੀ ਗ੍ਰਸਤੀ ਵੀ ਪਾਸ ਕਰ ਲਈ, ਆਖੋ ਸਤਨਾਮ। ਤੈਨੂੰ ਮਿੱਠਾ ਬੋਲਣਾ ਆ ਗਿਆ, ਤੈਨੂੰ ਨੀਵਣਾ ਆ ਗਿਆ,
ਤੈਨੂੰ ਸਹਾਰਨਾ ਆ ਗਿਆ, ਉਹ ਸੱਚ ਹੈ ਤੈਨੂੰ ਝੁਕਣਾ ਆ ਗਿਆ। ਆਹੀ ਤਾਂ ਗੁਣ ਚਾਹੀਦੇ ਸੀ ਪ੍ਰਭੂ ਨੂੰ, ਪ੍ਰਭੂ ਨੂੰ ਵੀ ਤਾਂ ਮਿੱਠਾ ਬੋਲਣਾ ਹੀ ਚਾਹੀਦਾ, ਪ੍ਰਭੂ ਨੂੰ ਵੀ ਤਾਂ ਸਹਾਰਨਾ ਹੀ ਚਾਹੀਦਾ, ਪ੍ਰਭੂ ਨੂੰ ਵੀ ਤਾਂ ਆ ਨਿਮਾਣ ਪਾਨੀ ਚਾਹੀਦਾ, ਸ਼ੀਤਲਤਾ ਹੀ ਚਾਹੀਦੀ ਹੈ ਤੇਰੇ ਵਿੱਚੋਂ। ਆ ਗੁਣ ਪ੍ਰਭੂ ਵੇਖਣਾ ਚਾਹੁੰਦੇ ਨੇ, ਤੇ ਜੇ ਨਹੀਂ ਆ ਨਾ ਗੁਣ ਨਹੀਂ ਆ ਤੇ ਸਾਹਿਬ ਕਹਿੰਦੇ ਨੇ ਫਿਰ ਇੱਕ ਕੰਮ ਕਰੀ, ਜਲਦੀ ਤੋਂ ਜਲਦੀ ਉਹਨਾਂ ਸੁਹਾਗਣਾ ਕੋਲ ਜਾ ਕੇ ਬਹਿ ਜਾ ਜਿਨ੍ਹਾਂ ਨੇ ਆ ਰਿਹਰਸਲ ਵੀ ਪਾਸ ਕਰ ਲਈ, ਅਸਲ ਵੀ ਪਾਸ ਕਰ ਲਈ, ਜਾ ਉਹਨਾਂ ਸੁਹਾਗਣਾ ਕੋਲ ਜਾ ਕੇ ਬਹਿ ਤੇ ਗੁਣ ਸਿੱਖ ਲੈ, ਕਿਧਰੇ ਤੂੰ ਫੇਲ ਹੀ ਨਾ ਹੋ ਜਾਵੇਂ। ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਸੋ ਪਾਈ ਹੈ, ਵਾਹੇ ਕਿੰਨੀ ਬਾਤੀ ਸੋ ਪਾਈ ਹੈ, ਵਾਹੇ ਕਿੰਨੀ ਬਾਤੀ ਸੋ ਪਾਈ ਹੈ, ਵਾਹੇ ਕਿੰਨੀ ਬਾਤੀ ਸੋ ਪਾਈ ਹੈ। ਜਾਏ ਪੁੱਛੋ ਸੁਹਾਗਣੀ।